ਸਤਿ ਸ਼੍ਰੀ ਅਕਾਲ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਅਜਿਹੇ ਮਹਿਮਾਨ ਨੂੰ ਤੁਹਾਡੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਬਿਮਾਰੀਆਂ ਵੀ ਅਜਿਹੀਆਂ ਸੀ ਜਿਹੜੀਆਂ ਕਿ ਆਮ ਨਾਲੋਂ ਥੋੜ੍ਹੀਆਂ ਜਿਹੀਆਂ ਹਟ ਗਈ ਸੀ। ਇਹਨਾਂ ਦੇ ਪਿਤਾ ਜੀ ਦੇ ਪਲੇਟਲੈਟਸ ਘੱਟ ਗਏ ਸੀ, ਸੈੱਲ ਘੱਟ ਗਏ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਸੈੱਲ ਘੱਟ ਗਏ ਸੀ, ਡੇਂਗੂ ਹੋ ਗਿਆ ਸੀ ਇਹਨਾਂ ਨੂੰ। ਇਹਨਾਂ ਦੇ ਸਿਸਟਰ ਭੈਣ ਨੂੰ ਇਹਨਾਂ ਨੂੰ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਸੀਗੀ, ਇਹਨਾਂ ਨੂੰ ਆਪ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਸੀ, ਇਹਨਾਂ ਦੇ ਮਦਰ ਨੂੰ ਜਿਹੜੇ ਸੀ ਉਹ ਥਾਇਰਾਇਡ ਦੀ ਸਮੱਸਿਆ ਸੀਗੀ, ਭੈਣ ਨੂੰ ਇਹਨਾਂ ਨੂੰ ਟਾਈਫਾਈਡ ਹੋਇਆ ਹੋਇਆ ਸੀਗਾ, ਉਹ ਵਿਗੜਿਆ ਹੋਇਆ ਸੀ। ਯਾਨੀ ਪੂਰਾ ਪਰਿਵਾਰ ਜਿਹੜਾ ਸੀ ਉਹ ਬਿਮਾਰੀਆਂ ਦੇ ਕਾਰਨ ਜਿਹੜਾ ਸੀ ਉਹ ਇੱਕ ਲੰਮਾ ਸਮਾਂ ਤੋਂ ਜਿਹੜਾ ਉਹ ਸੰਤਾਪ ਭੋਗ ਰਿਹਾ ਸੀ, ਦਰਦ ਹੰਢਾ ਰਿਹਾ ਸੀ। ਅਤੇ ਫਿਰ ਇਹਨਾਂ ਨੇ ਉਹ ਤੰਦਰੁਸਤੀ ਜਿਹੜੀ ਕਿਸ ਤਰ੍ਹਾਂ ਹਾਸਲ ਕੀਤੀ ਅਤੇ ਕਿਸ ਤਰ੍ਹਾਂ ਅੱਜ ਇਹ ਖੁਸ਼ੀਆਂ ਦੇ ਵਿੱਚ ਜਿਹੜਾ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਅਤੇ ਸੇਵਾ 'ਚ ਲੱਗੇ ਹੋਏ ਨੇ, ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਨਾਮ ਹੈ ਗੁਰਿੰਦਰ ਸਿੰਘ। ਗੁਰਿੰਦਰ ਸਿੰਘ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਔਰ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਸਾਨੂੰ ਮੌਕਾ ਦਿੱਤਾ ਹੈ ਆਪਣਾ ਜਿਹੜਾ ਸਮਾਂ ਸਾਡੇ 'ਤੇ ਬੀਤਿਆ ਉਹਦਾ ਪੱਖ ਰੱਖਣ ਦਾ। ਸੰਗਤ ਦੇ ਸਾਹਮਣੇ ਜਿੰਨੇ ਕੁ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਇੱਕ ਹੌਸਲਾ ਮਿਲੇਗਾ ਅੱਜ ਦੀ ਸਾਡੀ ਗੱਲਬਾਤ ਦੇ ਨਾਲ। ਗੁਰਿੰਦਰ ਸਿੰਘ ਜੀ, ਇਹ ਦੱਸੋ ਕਿ ਤੁਹਾਡੇ ਫਾਦਰ ਸਾਹਿਬ, ਤੁਹਾਡੇ ਸਿਸਟਰ, ਤੁਹਾਡੇ ਮਦਰ ਅਤੇ ਇੱਥੋਂ ਤੱਕ ਕਿ ਤੁਸੀਂ ਸਾਰੇ ਹੀ ਤੁਸੀਂ ਦੱਸ ਰਹੇ ਸੀ ਔਫ ਦਾ ਕੈਮਰਾ ਜਿਹੜਾ ਤੁਸੀਂ ਆਪਾਂ ਗੱਲ ਕਰ ਰਹੇ ਸੀ ਕਿ ਬਿਮਾਰ ਸੀਗੇ ਜੀ, ਅਤੇ ਕਦੋਂ ਤੁਹਾਨੂੰ ਲੱਗਿਆ ਕਿ ਉਹ ਤਾਂ ਵਸੋਂ ਬਾਹਰ ਹੋ ਗਿਆ ਅਤੇ ਹੁਣ ਸਾਨੂੰ ਕੁਛ ਹੋਰ ਕਰਨਾ ਚਾਹੀਦਾ ਜੀ? ਫਸਟਲੀ ਮੈਂ ਗੱਲ ਕਰਾਂ ਮੇਰੇ ਫਾਦਰ ਸਾਹਿਬ ਦੀ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਡੇਂਗੂ ਦੀ ਸਮੱਸਿਆ ਸੀਗੀ, ਤਾਂ ਉਹਦੇ 'ਚ ਪਲੇਟਲੈਟਸ ਕਾਫੀ ਡਾਊਨ ਹੋ ਗਏ, ਜਿਹਨੂੰ ਲੈ ਕੇ ਅਸੀਂ ਅਲੱਗ ਅਲੱਗ ਤਰ੍ਹਾਂ ਦੀ ਪੈਥੀ ਦੇ ਵਿੱਚ ਗਏ। ਐਲੋਪੈਥੀ 'ਚ ਖਾਸ ਕਰਕੇ ਅਸੀਂ ਟ੍ਰੀਟਮੈਂਟ ਲਿਆ, ਜਿਸ ਤੋਂ ਬਾਅਦ ਉਹਨੂੰ ਐਡਮਿਟ ਵੀ ਕਰਵਾਇਆ ਗਿਆ ਹੋਸਪਿਟਲ ਦੇ ਵਿੱਚ, ਜਿੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਪਲੇਟਲੈਟਸ ਦੇ ਵਾਸਤੇ ਕਹਿੰਦੇ ਸੀ ਉਹਨਾਂ ਨੂੰ ਚੜਾਉਣੇ ਪੈਣਗੇ, ਬਟ ਸਾਨੂੰ ਲੱਗਿਆ ਕਿ ਇਹਦਾ ਇਲਾਜ ਜਿਹੜਾ ਕਿ ਥੋੜ੍ਹਾ ਅਸੀਂ ਚੱਲ ਰਹੇ ਸੀਗੇ ਬਿਮਾਰੀਆਂ ਦੇ ਵਿੱਚ, ਔਲਰੇਡੀ ਸਾਨੂੰ ਦੇਖ ਹੀ ਰਿਹਾ ਸੀਗਾ ਕਿ ਜਿਹੜੇ ਪਲੇਟਲੈਟਸ ਘੱਟ ਰਹੇ ਨੇ, ਇਹਦਾ ਵਧਣ ਦੇ ਪਿੱਛੇ ਜਿਹੜਾ ਅਸੀਂ ਬਹੁਤ ਸਾਰੇ ਟ੍ਰੀਟਮੈਂਟ ਲੈਣ ਤੋਂ ਬਾਅਦ ਕੋਈ ਹੱਲ ਨਹੀਂ ਸੀ ਮਿਲ ਰਿਹਾ, ਤਾਂ ਜਦੋਂ ਉਹਨਾਂ ਨੇ ਇਹ ਚੀਜ਼ ਸਾਨੂੰ ਦੱਸੀ ਕਿ ਤੁਹਾਨੂੰ ਚੜਾਉਣੇ ਪੈਣਗੇ, ਤਾਂ ਅਸੀਂ ਐਗਰੀ ਵੀ ਸੀ, ਕੁਛ ਹਿੱਸਾ ਸੀ ਐਗਰੀ ਵੀ ਸੀ ਵੀ ਚੜਾ ਲਿਆ ਜਾਵੇ, ਬਟ ਐਡਮਿਟ ਵੀ ਰਹਿਣ ਤੋਂ ਬਾਅਦ ਜਿਹੜੀ ਸਮੱਸਿਆ ਜਿਹੜੀ ਉਹ ਦਿਨੋਂ ਦਿਨ ਵੱਧ ਰਹੀ ਸੀਗੀ, ਬਟ ਇੰਨੀ ਕੁ ਕਿਰਪਾ ਹੋਈ ਮਾਲਕ ਦੀ, ਚਲੋ ਅਸੀਂ ਪਲੇਟਲੈਟ ਚੜਵਾਏ ਨਹੀਂ, ਬਟ ਉਸ ਤੋਂ ਬਾਅਦ ਜਿਵੇਂ ਹੀ ਸਾਨੂੰ ਸਮੱਸਿਆ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਸਾਨੂੰ ਇਸ ਤਰ੍ਹਾਂ ਦੀ ਇੱਕ ਸੰਸਥਾ ਹੈ, ਇਸ ਤਰ੍ਹਾਂ ਦੀ ਡਾਕਟਰ ਸਾਹਿਬ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਪੇਸ਼ੈਂਟ ਨੂੰ ਠੀਕ ਕੀਤਾ, ਔਰ ਸਾਨੂੰ ਪਤਾ ਚੱਲਿਆ, ਤਾਂ ਅਸੀਂ ਉਸ ਚੀਜ਼ ਨੂੰ ਦੇਰੀ ਨਾ ਕਰਦੇ ਹੋਏ ਮਿਸਟਰ ਡਾਕਟਰ ਰਵਿੰਦਰ ਸਿੰਘ ਭੁੱਲਰ ਜੀ ਦੇ ਨਾਲ ਅਸੀਂ ਮੁਲਾਕਾਤ ਕੀਤੀ ਔਰ ਆਪਣੀ ਜਿਹੜੀ ਸਮੱਸਿਆ ਉਹਨੂੰ ਲੈ ਉਹਨਾਂ ਸਾਹਮਣੇ ਰੱਖਿਆ, ਉਹਦਾ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਕਿ ਸਾਨੂੰ ਰਿਜ਼ਲਟ ਮਿਲਿਆ। ਔਰ ਉਹਦੇ ਵਿੱਚ ਮੈਂ ਗੱਲ ਕਰਾਂ ਜਿਹੜਾ ਜਿਹੜੀ ਐਜ਼ ਏ ਮੈਡੀਸਨ ਉਹਨਾਂ ਨੂੰ ਦਿੱਤੀ ਸੀ, ਜੋ ਬੋਡੀ ਦੀ ਖੁਰਾਕ ਸੀ ਬੋਲਦੇ ਹਾਂ, ਉਹਦੇ 'ਚ ਸਾਨੂੰ ਗਲੋਏ ਰਸ ਜਿਹੜਾ ਸੀਗਾ ਉਹਦੇ ਨਾਲ ਬਹੁਤ ਬੈਸਟ ਰਿਜ਼ਲਟ ਮਿਲਿਆ ਕਿ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਦੇ ਜਿਹੜੇ ਪਲੇਟਲੈਟ ਸੀਗੇ ਉਹ 50,000 ਦੇ ਕਰੀਬ ਆ ਚੁੱਕੇ ਸੀਗੇ। ਉਹ ਜਿਵੇਂ ਜਿਵੇਂ ਬੋਡੀ ਦੇ ਅੰਦਰ ਰੈਮਡੀਸ ਜਾ ਰਹੀ ਸੀ ਉਹ ਪਲੇਟਲੈਟ ਦਿਨੋਂ ਦਿਨ ਵਧਣੇ ਸ਼ੁਰੂ ਹੋ ਚੁੱਕੇ ਸੀਗੇ ਗਲੋਏ ਰਸ ਦੇ ਨਾਲ। ਔਰ ਜਿਹੜਾ ਡਾਕਟਰ ਸਾਹਿਬ ਵੱਲੋਂ ਰੈਕਮੈਂਡ ਕੀਤਾ ਗਿਆ ਇੱਕ ਪਿੰਕ ਰੌਕ ਸਾਲਟ ਸੀਗਾ, ਇਹਨਾਂ ਦੋਨਾਂ ਨੇ ਬਹੁਤ ਜ਼ਬਰਦਸਤ ਰਿਜ਼ਲਟ ਪੇਸ਼ ਕੀਤਾ ਸਾਡੇ ਪਰਿਵਾਰ ਦੇ ਵਿੱਚ, ਕਿਉਂਕਿ ਅਕਸਰ ਆਪਾਂ ਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਗਲੋਏ ਦੇ ਨਾਲ ਬੁਖਾਰ ਠੀਕ ਹੁੰਦਾ, ਬਟ ਕਾਫੀ ਲੋਕ ਇਹਦਾ ਇਸਤੇਮਾਲ ਵੀ ਕਰਦੇ ਨੇ, ਬਟ ਜਿਹੜੀ ਇਸ ਡਾਕਟਰ ਸਾਹਿਬ ਵੱਲੋਂ ਦਿੱਤੀ ਗਈ ਜਿਹੜੀ ਗਲੋਏ ਰਸ ਸੀਗਾ ਉਹਦਾ ਰਿਜ਼ਲਟ ਤਾਂ ਇੱਕ ਹੈਰਾਨੀਜਨਕ ਰਿਜ਼ਲਟ ਸੀਗਾ ਸਾਡੇ ਸਾਹਮਣੇ। ਔਰ ਜਿਵੇਂ ਆਪਾਂ ਨਾਲ ਹੀ ਆਪਾਂ ਗੱਲ ਕਰ ਰਹੇ ਸੀ ਸਿਸਟਰ ਦੇ ਟਾਈਫਾਇਡ ਦੀ, ਔਰ ਸਿਸਟਰ ਨੂੰ ਵੀ ਟਾਈਫਾਇਡ ਸੀਗਾ ਔਰ ਬੜਾ ਪੁਰਾਣਾ ਟਾਈਫਾਇਡ ਸੀਗਾ, ਵਿਗੜਿਆ ਹੋਇਆ ਟਾਈਫਾਇਡ ਜਿਹਨੂੰ ਕਹਿ ਸਕਦੇ ਹਾਂ, ਵਿਗੜਿਆ ਹੋਇਆ ਟਾਈਫਾਇਡ ਸੀਗਾ, ਉਹਦੇ ਉੱਪਰ ਵੀ ਸਾਡੇ ਜੋ ਗਲੋਏ ਸੀਗਾ ਉਹਦਾ ਬਹੁਤ ਜ਼ਬਰਦਸਤ ਰਿਜ਼ਲਟ ਸਾਨੂੰ ਜਿਹੜਾ ਵੇਖਣ ਨੂੰ ਮਿਲਿਆ ਸੀਗਾ। ਸੋ ਇਸ ਤਰ੍ਹਾਂ ਜੋ ਫਾਦਰ ਸਾਹਿਬ ਦੀ ਜਿਹੜੀ ਸਮੱਸਿਆ ਉਹ ਜਿਹੜੀ ਮੈਂ ਦੱਸ ਸਕਦਾ ਕਿ 2 ਮਹੀਨਿਆਂ ਅੰਦਰ ਅੰਦਰ ਜਿਹੜੀ ਬਿਲਕੁਲ ਠੀਕ ਹੋ ਚੁੱਕੀ ਸੀ, ਕਿਉਂਕਿ ਡੇਂਗੂ ਬੁਖਾਰ ਜਿਹੜਾ ਸੀਗਾ ਉਹਦੇ ਨਾਲ ਇੰਨੀ ਕੁ ਵੀਕਨੈਸ ਆ ਚੁੱਕੀ ਸੀ ਕਿਉਂਕਿ ਫਾਦਰ ਸਾਹਿਬ ਦਾ ਉੱਠਣਾ ਜਿਹੜਾ ਮੁਸ਼ਕਲ ਹੋ ਰਿਹਾ ਸੀਗਾ, ਤਾਂ ਉਹ ਜਿਹੜਾ ਸਾਨੂੰ 2 ਮਹੀਨੇ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਮਿਲਿਆ ਜੀ। ਅਤੇ ਤੁਹਾਡੇ ਸਿਸਟਰ ਨੂੰ ਜਿਹੜਾ ਟਾਈਫਾਇਡ ਸੀਗਾ ਕੋਈ ਪਾਣੀ ਦੀ ਸਮੱਸਿਆ ਸੀ ਜਾਂ ਫਿਰ ਉਹਨਾਂ ਦਾ ਕੁਛ ਖਾਣ ਪੀਣ ਦੇ ਵਿੱਚ ਕੁਛ ਇਸ ਤਰ੍ਹਾਂ ਦੀ ਪ੍ਰੋਬਲਮ ਸੀ, ਕੀ ਪ੍ਰੋਬਲਮ ਸੀ ਜਿਹੜੇ ਉਹਨਾਂ ਦਾ ਟਾਈਫਾਇਡ ਜਿਹੜਾ ਇੰਨਾ ਵਿਗੜ ਕੇ ਹੋਇਆ? ਸਰ ਉਹਦੇ 'ਚ ਛੋਟੀ ਏਜ ਸੀਗੀ, ਉਹਨਾਂ ਦੀ ਏਜ਼ ਕੋਈ 10 ਤੋਂ 12 ਸਾਲ ਦੀ ਸੀਗੀ ਜਿਸਦਾ ਟਾਈਫਾਇਡ ਵਿਗੜਿਆ ਸੀ, ਅੱਜ ਉਹਨਾਂ ਦੀ ਏਜ਼ ਕੋਈ 20 ਹੋ ਚੁੱਕੀ ਹੈ, ਬਟ ਹਾਂਜੀ ਹਾਂਜੀ ਪੁਰਾਣਾ ਸੀਗਾ, ਬਟ ਜਦੋਂ ਅਸੀਂ ਟ੍ਰੀਟਮੈਂਟ ਲਿਆ ਪੁਰਾਣੇ ਦੇ ਟਾਈਫਾਇਡ ਦੇ ਵਿੱਚ ਸਾਰੇ ਸਭ ਤੋਂ ਪਹਿਲਾਂ ਅਸੀਂ ਐਲੋਪੈਥੀ ਨੂੰ ਭੱਜ ਕੇ ਜਾਂਦੇ ਹਾਂ, ਅਸੀਂ ਵੀ ਇਸੇ ਤਰ੍ਹਾਂ ਹੀ ਕਰ ਰਹੇ ਸੀਗੇ।
ਹਰ ਚੜ੍ਹਦੀਆਂ ਗਰਮੀਆਂ ਦੇ ਵਿੱਚ ਉਹਨਾਂ ਨੂੰ ਜੋ ਡ੍ਰਿਪ ਲਗਵਾਉਣੇ ਪੈਂਦੇ ਸੀ, ਮੈਡੀਸਿਨ ਲੈਣੀ ਪੈਂਦੀ ਸੀਗੀ। ਇਹ ਸਮੱਸਿਆਵਾਂ ਜਿਹੜੀਆਂ ਕੰਟੀਨਿਊ ਜੀਵਨ 'ਚ ਚੱਲ ਰਹੀਆਂ ਸੀਗੀਆਂ, ਔਰ ਜਿਵੇਂ ਜਿਵੇਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਜੋੜ ਰਹੇ ਸੀਗੇ, ਉਹਨਾਂ ਦੀ ਸਿਹਤ ਜਿਹੜੀ ਬਹੁਤ ਗਿਰਦੀ ਜਾ ਰਹੀ ਸੀ, ਡਾਊਨ ਹੁੰਦੀ ਜਾ ਰਹੀ ਸੀਗੀ। ਇਲਾਜ ਪੱਖੋਂ ਕੋਈ ਕਮੀ ਨਹੀਂ ਸੀਗੀ, ਵੀ ਅਸੀਂ ਆਖੀਏ ਵੀ ਅਸੀਂ ਇਲਾਜ ਨਹੀਂ ਸੀ ਕਰਵਾ ਰਹੇ, ਇਲਾਜ ਅਸੀਂ ਬੈਸਟ ਕਰਵਾ ਰਹੇ ਸੀ, ਬਟ ਉਹ ਟਾਈਫਾਇਡ ਜਿਹੜਾ ਉਹ ਵਿਗੜ ਚੁੱਕਿਆ ਸੀਗਾ, ਕਿਉਂਕਿ ਉਸ ਸਮੇਂ ਸਾਨੂੰ ਇੰਨਾ ਗਿਆਨ ਨਹੀਂ ਸੀ, ਇੰਨਾ ਪਤਾ ਨਹੀਂ ਸੀ ਵੀ ਕਿਉਂ ਹੋ ਰਿਹਾ। ਉਹ ਟਾਈਫਾਇਡ ਵਿਗੜ ਚੁੱਕਿਆ ਸੀ, ਜਿਹਦੇ ਨਾਲ ਉਹਦੀ ਸਿਹਤ ਜਿਹੜੀ ਦਿਨੋਂ ਦਿਨ ਗਿਰਾਵਟ 'ਚ ਜਾ ਰਹੀ ਸੀਗੀ। ਔਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸ ਹੀ ਰਹੇ ਕਿ ਡਾਕਟਰ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਈ, ਫਾਦਰ ਸਾਹਿਬ ਦਾ ਵੀ ਟ੍ਰੀਟਮੈਂਟ ਕਰਵਾਇਆ ਨਾਲ ਦੀ ਨਾਲ ਅਸੀਂ, ਉਸ ਤੋਂ ਬਾਅਦ ਸਿਸਟਰ ਦਾ ਜਿਹੜਾ ਉਹ ਸੈਕੰਡਰੀ ਰੂਪ ਦੇ ਵਿੱਚ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ। ਫਸਟਲੀ ਅਸੀਂ ਫਾਦਰ ਸਾਹਿਬ ਦਾ ਜਿਹੜਾ ਟ੍ਰੀਟਮੈਂਟ ਲਿਆ ਸੀਗਾ ਡਾਕਟਰ ਸਾਹਿਬ ਦੇ ਕੋਲੋਂ, ਔਰ ਜਦੋਂ ਸਾਨੂੰ ਰਿਜ਼ਲਟ ਇੱਕ ਰਿਜ਼ਲਟ ਮਿਲ ਗਿਆ, ਫਿਰ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੂਰੀ ਫੈਮਿਲੀ ਸਾਡੀ ਇਸ ਚੀਜ਼ ਦੇ ਨਾਲ ਜੁੜ ਗਈ, ਕਿ ਜੋ ਕਿ ਹੁਣ ਤੱਕ ਅਸੀਂ ਐਲੋਪੈਥੀ ਦੇ ਨਾਲ ਜੁੜੇ ਸੀ ਇੰਨਾ ਰਿਜ਼ਲਟ ਨਹੀਂ ਸੀ ਮਿਲਿਆ। ਸੋ ਇੱਥੇ 2 ਮਹੀਨੇ ਦੇ ਅੰਦਰ, 1 ਮਹੀਨੇ ਦੇ ਅੰਦਰ ਇੱਕ ਇੰਨਾ ਬੈਸਟ ਰਿਜ਼ਲਟ ਜਿਹੜਾ ਮਿਲ ਰਿਹਾ, ਤਾਂ ਅਸੀਂ ਪੂਰੀ ਫੈਮਿਲੀ ਜਿਹੜੀ ਜੋ ਵੀ ਸਮੱਸਿਆਵਾਂ ਸਾਡੇ ਘਰ 'ਚ, ਕਿਉਂਕਿ ਇਹ ਅਕਸਰ ਪਿੱਛੇ ਆਪਾਂ ਇੱਕ ਡਾਕਟਰ ਰਵਿੰਦਰ ਸਿੰਘ ਭੁੱਲਰ ਜੀ ਦੇ ਨਾਲ ਤੁਹਾਡੀ ਇੱਕ ਵੀਡੀਓ ਹੋਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਦੱਸ ਰਹੇ ਸੀਗੇ ਕਿ ਇੱਕ ਘਰ ਦੇ ਵਿੱਚ ਜਿਹੜੇ ਰਹਿ ਰਹੇ ਮੈਂਬਰਾਂ ਦੀ ਗਿਣਤੀ 5 ਤੋਂ 6 ਹੁੰਦੀ ਹੈ। ਬਿਲਕੁਲ। ਔਰ ਸੇਮ ਹੀ ਹਾਲਾਤ ਸਾਡੇ ਘਰ 'ਚ ਵੀ ਸੀ ਕਿ 5 ਤੋਂ 6 ਮੈਂਬਰ ਸਾਡੇ ਘਰ ਦੇ ਵਿੱਚ ਸੀਗੇ, ਜਿਹਦੇ ਵਿੱਚੋਂ 2 ਤੋਂ 3 ਆਲਰੇਡੀ ਪੇਸ਼ੈਂਟ ਸੀਗੇ, ਜਿਹਦੇ ਵਿੱਚੋਂ ਮੈਂ ਦੱਸ ਰਿਹਾ ਕਿ ਫਾਦਰ ਸਾਹਿਬ ਨੂੰ ਡੇਂਗੂ ਦੀ ਸਮੱਸਿਆ ਸੀਗੀ, ਪਲੇਟਲੈਟ ਡਾਊਨ ਹੋ ਰਹੇ ਸੀਗੇ, ਸਿਸਟਰ ਨੂੰ ਟਾਈਫਾਇਡ ਸੀਗਾ, ਪਲੇਟਲੈਟ ਡਾਊਨ ਹੋ ਰਹੇ ਸੀਗੇ, ਔਰ ਥਰਡ ਮੈਂ ਗੱਲ ਕਰਾਂ ਮੇਰੀ ਮਦਰ ਨੂੰ ਵੀ ਜਿਹੜਾ ਕਿ ਥਾਇਰਾਇਡ ਦੀ ਗੋਲੀ ਜਿਹੜੀ ਹੈ ਉਹ ਲੱਗੀ ਹੋਈ ਸੀਗੀ, ਔਰ 100 mg ਦੀ ਜਿਹੜੀ ਗੋਲੀ ਪੱਕੇ ਤੌਰ 'ਤੇ ਲੱਗੀ ਹੋਈ ਸੀ, ਉਹ ਚੱਲ ਹੀ ਰਹੀ ਸੀ। ਉਹਨਾਂ ਦਾ ਇਹ ਸੀਗਾ ਕਿ ਉਹਨਾਂ ਨੂੰ ਟੈਬਲੇਟ ਲੈਣ ਤੋਂ ਬਾਅਦ ਕੋਈ ਤਕਲੀਫ ਨਹੀਂ ਸੀ, ਸਮੱਸਿਆ ਨਹੀਂ ਸੀ, ਉਹ ਟੈਬਲੇਟ ਲੈ ਰਹੇ ਸੀ ਅਤੇ ਕੰਟੀਨਿਊ ਸੀ। ਬਟ ਇੱਥੇ ਸਮੱਸਿਆ ਇਹ ਖੜੀ ਹੋ ਜਾਂਦੀ ਸੀ ਕਿ ਜੇ ਜਦੋਂ ਉਹ ਟੈਬਲੇਟ ਨੂੰ ਰੋਕਦੇ ਸੀਗੇ ਜਾਂ ਉਹਨਾਂ ਦਾ ਮਨ ਅੱਕਦਾ ਸੀਗਾ ਵੀ ਮੈਂ ਰੋਜ਼ ਜਿਹੜੀ ਗੋਲੀ ਇਹ ਨਹੀਂ ਲੈਣੀ, ਤਾਂ ਉਦੋਂ ਕੀ ਹੁੰਦਾ ਸੀ ਕਿ ਅਗਲੇ ਦਿਨੋਂ ਦੀਆਂ ਲੱਤਾਂ ਦਾ ਦਰਦ ਹੋਣਾ, ਗਲੇ ਦਾ ਦਰਦ ਹੋਣਾ, ਇੱਕ ਦਿਨ ਇੱਕ ਵਾਰੀ ਤਾਂ ਇਹੋ ਜਿਹਾ ਵੀ ਸਮਾਂ ਆ ਗਿਆ ਸੀ ਕਿ 2 ਦਿਨ ਮੰਮਾ ਦਾ ਜਿਹੜਾ ਗਲਾ ਸੀ ਥਾਇਰਾਇਡ ਦੇ ਨਾਲ ਉਹ ਬੰਦ ਹੋ ਚੁੱਕਿਆ ਸੀਗਾ, ਆਵਾਜ਼ ਬੰਦ ਹੋ ਚੁੱਕੀ ਸੀਗੀ। ਔਰ ਫਾਦਰ ਸਾਹਿਬ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਅਸੀਂ ਇਸ ਸੰਸਥਾ ਦੇ ਨਾਲ ਡਾਕਟਰ ਰਵਿੰਦਰ ਸਿੰਘ ਜੀ ਨਾਲ ਭੁੱਲਰ ਜੀ ਦੇ ਨਾਲ ਜੁੜੇ ਨਹੀਂ ਸੀਗੇ, ਮਿਲੇ ਨਹੀਂ ਸੀਗੇ, ਉਸ ਤੋਂ ਪਹਿਲਾਂ ਹੀ ਮੇਰੇ ਫਾਦਰ ਸਾਹਿਬ ਨੇ ਬੋਲਿਆ ਕਿ ਇਹਨਾਂ ਨੂੰ ਜਿਹੜਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਜਾਓ, ਤਰਨ ਤਾਰਨ, ਕਿਉਂਕਿ ਅਸੀਂ ਤਰਨ ਤਾਰਨ ਤੋਂ ਬਿਲੋਂਗ ਕਰਦੇ, ਤਰਨ ਤਾਰਨ ਲੈ ਕੇ ਜਾਓ। ਅਸੀਂ ਉੱਥੇ ਲੈ ਕੇ ਗਿਆ ਤਾਂ ਉੱਥੇ ਜਾ ਕੇ ਮੰਮਾ ਦੀ ਜਿਹੜੀ ਗੋਲੀ ਸੀ ਉਹ ਪੱਕੇ ਤੌਰ 'ਤੇ ਡਾਕਟਰ ਨੇ ਰੈਕਮੈਂਡ ਕਰ ਦਿੱਤੀ ਸੀ ਵੀ ਇਹ ਹੁਣ ਜਿੰਨਾ ਚਿਰ ਇਹਨਾਂ ਦੀ ਲਾਈਫ ਹੈ ਤਦ ਤੱਕ ਇਹ ਗੋਲੀ ਲੈਣੀ ਹੀ ਲੈਣੀ, ਖਾਣੀ ਪਈ ਨਹੀਂ, ਹੋਰ ਇਹਦਾ ਇਲਾਜ ਕੋਈ ਨਹੀਂ। ਔਰ ਇਹ ਚੀਜ਼ ਅਸੀਂ ਮਹਿਸੂਸ ਵੀ ਕੀਤੀ ਸੀ, ਇਹ ਉਹਨਾਂ ਨੇ ਬੋਲਿਆ ਨਹੀਂ ਸੀ, ਅਸੀਂ ਮਹਿਸੂਸ ਵੀ ਕੀਤੀ ਵੀ ਜਦੋਂ ਥਾਇਰਾਇਡ ਸੀਗਾ ਉਹ 100 mg ਦੀ ਗੋਲੀ ਲੈ ਰਹੇ ਸੀ ਤਾਂ ਠੀਕ ਸੀਗਾ, ਜਿਸ ਦਿਨ ਉਹ ਗੋਲੀ ਉਹਨਾਂ ਦੀ ਬੰਦ ਹੁੰਦੀ ਸੀਗੀ ਤਾਂ ਉਹਨਾਂ ਦੀਆਂ ਲੱਤਾਂ ਦਾ ਦਰਦ ਹੋਣਾ ਜਾਂ ਵੀਕਨੈਸ ਹੋਣਾ ਜਾਂ ਸਰੀਰ ਦਾ ਟੁੱਟਣਾ, ਇਹ ਸਾਰੀਆਂ ਸਮੱਸਿਆਵਾਂ ਘਰ 'ਚ ਉਹਨਾਂ ਨੂੰ ਮਹਿਸੂਸ ਹੋ ਰਹੀਆਂ ਸੀਗੀਆਂ। ਬਟ ਜਦੋਂ ਪ੍ਰੋਬਲਮ ਆਉਂਦੀ ਸੀ ਤਾਂ ਫਿਰ ਗੋਲੀ ਉਹਨਾਂ ਨੂੰ ਲੈਣੀ ਪੈਂਦੀ ਸੀਗੀ। ਜਦੋਂ ਫਿਰ ਫਾਦਰ ਸਾਹਿਬ ਦਾ ਰਿਜ਼ਲਟ ਆਉਣਾ ਸਾਨੂੰ ਆਇਆ ਹੈ, ਸਿਸਟਰ ਦਾ ਰਿਜ਼ਲਟ ਆਇਆ, ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਮੰਮਾ ਦਾ ਵੀ ਜਿਹੜਾ ਟ੍ਰੀਟਮੈਂਟ ਨਾਲ ਹੀ ਸ਼ੁਰੂ ਕੀਤਾ। ਡਾਕਟਰ ਵਰਿੰਦਰ ਸਿੰਘ ਭੁੱਲਰ ਜੀ ਕੋਲੋਂ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਹਾਂ ਕਿ ਅੱਜ ਸਾਡੀਆਂ ਸਾਰੇ ਹੀ ਪਰਿਵਾਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ 100% ਅਸੀਂ ਠੀਕ ਕਰਕੇ ਬੈਠੇ ਹੋਏ ਹਾਂ। ਔਰ ਜਦੋਂ ਮਦਰ ਦੀ ਅਸੀਂ ਟੈਬਲੇਟ ਜਿਹੜੀ ਲੱਗੀ ਸੀ ਉਹਦੇ ਬਾਰੇ ਡਿਸਕਸ ਕੀਤੀ ਡਾਕਟਰ ਸਾਹਿਬ ਦੇ ਨਾਲ, ਤਾਂ ਉਹਦੇ ਵਾਸਤੇ ਵੀ ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਘਰ ਦੇ ਮਾਹੌਲ ਹੋਏ ਉਹਦੇ 'ਚ ਜਿਹੜਾ ਚੱਲ ਰਿਹਾ ਸਾਡਾ ਖਾਣ ਪੀਣ ਸੀਗਾ ਉਹਨੂੰ ਚੇਂਜ ਕਰਵਾਇਆ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀਗਾ। ਅਸੀਂ ਡਾਕਟਰ ਦੇ ਕੋਲੇ ਗਏ ਸੀ, ਬੜਾ ਅਸੀਂ ਜਦੋਂ ਅਸੀਂ ਅੱਜ ਇਸ ਚੀਜ਼ ਨੂੰ ਸੋਚਦੇ ਹਾਂ ਤਾਂ ਬੜਾ ਹਾਸਾ ਵੀ ਆਉਂਦਾ ਹੈ ਔਰ ਇੱਕ ਸ਼ਰਮ ਵੀ ਮਹਿਸੂਸ ਹੁੰਦੀ ਹੈ ਕਿ ਇੱਕ ਪਾਸੇ ਤਾਂ ਅਸੀਂ ਗੋਲੀਆਂ ਲੈ ਰਹੇ ਸੀ, ਦਵਾਈਆਂ ਲੈ ਰਹੇ ਸੀਗੇ, ਬਟ ਦੂਸਰੇ ਪਾਸੇ ਸਾਨੂੰ ਡਾਕਟਰ ਸਾਹਿਬ ਵਰਿੰਦਰ ਭੁੱਲਰ ਵੱਲੋਂ ਇਹ ਦੱਸਿਆ ਗਿਆ ਹੈ ਕਿ ਤੁਸੀਂ ਇਸ ਚੀਜ਼ ਦਾ ਇਲਾਜ ਆਪਣੇ ਘਰ ਦੇ ਖਾਣ ਪਾਣ ਨੂੰ ਚੇਂਜ ਕਰਕੇ ਹੀ ਕਰ ਸਕਦੇ ਹੋ। ਕਿੰਨਾ ਕਿਵੇਂ ਕੀਤਾ, ਕਿੰਨਾ ਫਰਕ ਆ ਗਿਆ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਕਿ ਇੱਕ ਪਾਸੇ ਡਾਕਟਰ ਸਾਹਿਬ ਕਹਿ ਰਹੇ ਸੀਗੇ ਐਲੋਪੈਥੀ ਦੇ ਅੰਦਰ ਜਾਂ ਹੋਰ ਪੈਥੀਆਂ ਦੇ ਅੰਦਰ ਕਿ ਗੋਲੀ ਪੱਕੀ ਲੈਣੀ ਪਏਗੀ, ਇੱਕ ਪਾਸੇ ਡਾਕਟਰ ਸਾਹਿਬ ਦੇ ਕੋਲ ਆਏ ਇਹਨਾਂ ਨੇ ਬੋਲਿਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਆਹ ਚੀਜ਼ਾਂ ਨੂੰ ਚੇਂਜ ਕਰ ਦਿਓ, ਆਹ ਚੀਜ਼ਾਂ ਨੂੰ ਸਟਾਰਟ ਕਰ ਦਿਓ ਤਾਂ ਇਹਨਾਂ ਨੂੰ ਬੰਦ ਕਰ ਦਿਓ, ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਏਗਾ ਔਰ ਸਾਨੂੰ ਮਿਲਿਆ ਵੀ। ਔਰ ਜਦੋਂ ਅਸੀਂ ਮਦਰ ਦੀ ਸਮੱਸਿਆ ਨੂੰ ਲੈ ਕੇ ਜੋ ਟ੍ਰੀਟਮੈਂਟ ਸ਼ੁਰੂ ਕੀਤਾ ਤਾਂ ਉਦੋਂ ਸਭ ਤੋਂ ਪਹਿਲਾਂ ਤਾਂ ਸਾਨੂੰ ਨਮਕ ਬਾਰੇ ਜਾਣਕਾਰੀ ਦਿੱਤੀ ਗਈ ਕਿ ਜੋ ਅਸੀਂ ਜਦੋਂ ਦਾ ਸਾਡਾ ਜਨਮ ਹੋਇਆ ਜਾਂ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਚਿੱਟੇ ਨਮਕ ਦੇ ਨਾਲ ਵਾਈਟ ਨਮਕ ਦੇ ਨਾਲ ਜਿਹੜਾ ਜੁੜੇ ਹੋਏ ਸੀ, ਜਿਹਨੂੰ ਸਮੁੰਦਰੀ ਨਮਕ ਆਪਾਂ ਬੋਲਦੇ ਹਾਂ, ਔਰ ਸਾਨੂੰ ਪਤਾ ਚੱਲਿਆ ਕਿ ਸਾਡੇ ਥਾਇਰਾਇਡ ਨੂੰ ਵਿਗਾੜਨ ਦੇ ਪਿੱਛੇ ਬਹੁਤ ਵੱਡਾ ਹੱਥ ਸਾਡੇ ਵਾਈਟ ਨਮਕ ਦਾ ਹੈ। ਔਰ ਉਹ ਅੱਜ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਹੋਣਗੇ ਸਾਰੇ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹੋਣਗੇ ਕਿ ਜਦੋਂ ਦਾ ਚਿੱਟਾ ਨਮਕ ਸਾਡੇ ਜੀਵਨ 'ਚ ਆਇਆ, ਸਮੁੰਦਰੀ ਨਮਕ ਸਾਡੇ ਜੀਵਨ 'ਚ ਆਇਆ, ਉਹ ਹਾਰਮੋਨਸ ਇਮਬੈਲੈਂਸ ਦੀ ਸਮੱਸਿਆ ਸਾਰਿਆਂ ਨੂੰ ਆ ਰਹੀ ਹੈ। ਉਹ ਕਿਸੇ ਨੂੰ ਕਿਸੇ
कंटिन्यू करोगे तो समस्या दिनों दिन वधेगी। अगर तुसी इनू बंद करोगे स्टॉप करोगे तो तुहानू जिहड़ी 30 दिन तक दा बेस्ट रिजल्ट जिहड़ा तुहानू मिलेगा। और सानू ये नज़र भी आया, असी जदों सब तो पहला इस चीज़ां नू चेंज करना शुरू किया, पहले नंबर ते सानू नमक बंद करन बारे दस्सिया गया सी। माफ करना गुरिंदर जी, के अक्सर तो यह कहा जाता कि जोड़ा चिट्टा नमक है वो आयोडाइज नमक है, वो बड़े गुण होया करते हैं, तुम तो कहने वो बीमारी है वो तो खराब करता है जी। सानू जो कि एड्स के जरिए दिखाया गया है, जो कि सानू डॉक्टर वालों समझाया गया है कि आयोडीन साड़ी बॉडी वास्ते बहुत जरूरी है और वो तुम्हें मिलता है कि तुम सिर्फ तो सिर्फ चिट्टे नमक चो ही मिलता है, यह सानू दस्या गया। हुण तुसीं भी इस चीज़ नूं समझ रहे हो कि जिहड़ा चिट्टा नमक है उस समुंदर चो निकलता है, फैक्टरी च जाता है, और जिहड़ा फैक्टरी दे विच आयोडीन ऐड कर रहे हैं वो कैमिकली ऐड कर रहे हैं, और साडी बॉडी कैमिकल नूं एक्सैप्ट नहीं करती, साडी बॉडी रिएक्शन पैदा करती है, सिम्टम पैदा हो जाते हैं जो कैमिकल साडी बॉडी च जाता है। जे दूसरे पासे आपां गल करिए आयोडीन की, तो साडे घर दालां बनदियां ने, इंडिया दे विच दालां ने साडे कोले, तां उहनां दालां दे विच बहुत वड्डी मात्रा दे विच साडे कोले आयोडीन है, और सानू कैमिकली आयोडीन की लैन की जरूरत नहीं है। साडे कोल ऑलरेडी कुदरत ने, परमेश्वर ने सानू आयोडीन बहुत वड्डी मात्रा च दिता होया, यह सानू अज पता लग रहा है। और पहला असी भी जो इस चीज़ के उलझे हुए थे, सानू भी यही सीगा कि चिट्टे नमक च आयोडीन है जी, सानू लेना चाहिए, बट अज सानू पता चलिया कि जदों तुसी चिट्टे नमक नू बंद करके चटानी पिंक रॉक साल्ट तुसी लैंदे हो, जिहनू पाकिस्तान नमक बोलिया जाता है, उस उहनू इस्तेमाल करदे हो, तो तुहाडी बॉडी दे विच जिहड़ा आयोडीन की मात्रा अपने आप ही वधनी शुरू हो जाती है। जो तुसी दालां लै रहे हो उन्हां च बहुत वड्डी मात्रा च आयोडीन पाया जाता है। सो इस ढंग के नाल जो तुसीं अपने खाण पीन च चेंज किया, और दूसरे नंबर पर मैं गल करें चीनी नूं बंद किया गया, पहले नंबर पर बहुत बहुत थैंक्स है डॉक्टर रविंद्र सिंह भुल्लर जी का कि जो बेसिक ज्ञान जिहड़ा हर एक पेशेंट नूं दे रहे ने कि तुसीं दवाई दे नाल तां ठीक, जिहड़ा मेडिसिन दे नाल ठीक होना वो तो तुसीं बड़े लंबे समय तो दवाइया खा रहे सीगे, वो कोशिश कर रहे सी ठीक होने वास्ते, बट जो तुसीं साडे तो आए हो सब तो पहला दवाई तो भी पहला तुसीं परहेज करने ने, और पेशेंट जिहड़ा दुखी है जिहड़ा कष्ट नूं हंडा रहा वो मनदा इस चीज़ नूं कि असीं इह गलतियां वाकई ही कर रहे हैं। चिट्टा नमक सभनां दे घर च चल रहा, वाइट जिहड़ी साडी चिट्टी खंड है चीनी है वो साडे सभनां दे घरां चल रही है, और जदों इस चीज़ नूं स्टॉप किया गया साडे घर दे विच तां अल्टीमेट रिजल्ट साडे सामने आ गए, और सानूं पता लगे कि इन्हां गलतियां दे करके ही साडे शरीर दे जिहड़े रोग दिनों दिन विगड़ रहे सीगे। की बदलाव आए तुहाडे घर दे विच जदों तुसीं पिंक रॉक साल्ट शुरू किया, आयोडीन नमक बंद किया, चीनी बंद करती, शक्कर ते गुड़ तुसीं लिया, तां अपनी जिंदगी च की बदलाव आया तुहाडे? सब तो पहला तां मैं तीन समस्यावां वास्ते जिहड़े तुहानूं तीन समस्यावां गिणातियां ने फैमिली दे विच, उस तो अगे मैं अपनी गल कर लैना। तुहानूं वी समस्या? जी जी जी, मेरी समस्या दी मैं गल करां कि मैनूं काफ़ी लंबे समय तो भुख टाइम सिर नहीं सी लगदी, दिल कर ले रोटी खा ली, दिल ना किया तो रोटी तो बिना भी गुजारा हुंदा सीगा, इस तरह का सिस्टम सीगा। बट जदों सब तो पहला मैं अपना बदलाव तुहानूं दसण की कोशिश कर रहा कि जदों उस वाइट नमक नूं बंद किया गया, चीनी नूं बंद किया गया, तो मेरी जिहड़ी भुख ना लगन वाली जिहड़ी समस्या सीगी वह बिना किसी दवाई तो ठीक होगी, सिर्फ तो सिर्फ डॉक्टर रविंदर सिंह भुल्लर की नॉलेज के द्वारा, ये उन्होंने नॉलेज पास की, असी उन्हें इंप्लीमेंट किया जीवन के, और यह बदलाव मैं अपने जीवन च आ गया। और जी थायरॉयड की गल कर रहे थे, और अज जी मम्मा की जी गोली है जो रेमडीस उन्होंने द्वारा दी गई है, जो खाण पीन उन्होंने द्वारा सूँ दसया गया, उन्होंने जी गोली 2 महीने के बंद हो चुकी है। जी गोली कही थी कि सारी जिंदगी खानी है जी, वो बंद हो गई? वो बिल्कुल जी बिल्कुल, वो गोली बिल्कुल बंद हो चुकी है। अज कोई समस्या नहीं जी, कोई समस्या नहीं, बड़ी कृपा है परमेश्वर की कि उन्होंने कोई भी समस्या नहीं है, और इतों तक कि इन्नी कृपा हुई है जो खाण पीन चेंज किया और जो रेमडीस उन्होंने लिया से हूँ मम्मा का सिर भी दर्द नहीं हो रहा। अच्छा। और जी गोली उन्होंने रेगूलर खाण वास्ते ली सी उन्होंने तो अज तक मूँह भी नहीं देखा, हूँ इन्ना रिजल्ट जरा उन्होंने मिल चुकया। ਤੇ ਤੁਸੀਂ ਕਹਿ ਰਹੇ ਸੀ ਤੁਹਾਨੂੰ ਉਨੀਂਦਰੇ ਦੀ ਵੀ ਪ੍ਰੋਬਲਮ ਸੀਗੀ ਕਿ ਤੁਸੀਂ ਤੁਹਾਨੂੰ ਨੀਂਦ ਨਹੀਂ ਸੀ ਆਉਂਦੀ, ਕੀ ਉਹਦੇ 'ਚ ਉਹਦੇ ਕਾਰਨ ਲੱਭਿਆ ਸੀ ਕੀ ਸੀ ਅਤੇ ਕਿਵੇਂ ਠੀਕ ਹੋਇਆ ਫਿਰ? ਜੀ ਜਿਵੇਂ ਬੇਸਿਕ ਗਿਆਨ ਜਦੋਂ ਅਸੀਂ ਇਕੱਠਾ ਕੀਤਾ ਇਕੱਤਰ ਕੀਤਾ ਅਤੇ ਉਹਦੇ ਵਿੱਚੋਂ ਕਾਫੀ ਚੀਜ਼ਾਂ ਜਿਹੜੀਆਂ ਸੀਗੀਆਂ ਜਿਵੇਂ ਚੇਂਜਿੰਗ ਆਪਣੀ ਰਸੋਈ ਨੂੰ ਚੇਂਜ ਕੀਤਾ ਸੀਗਾ ਉਹਦੇ ਨਾਲ ਹੀ ਮੈਨੂੰ ਉਨੀਂਦਰ ਦੀ ਸਮੱਸਿਆ ਸੀਗੀ ਕਿ ਦੇਰ ਰਾਤ ਤੱਕ ਨੀਂਦ ਨਹੀਂ ਸੀ ਆਉਂਦੀ ਤਾਂ ਉਹ ਮੇਰੀ ਨੀਂਦ ਵੀ ਅੱਛੇ ਢੰਗ ਨਾਲ ਅੱਜ ਮੈਨੂੰ ਨੀਂਦ ਆ ਰਹੀ ਹੈ ਔਰ ਇਹ ਸਮੱਸਿਆ ਕਿਉਂਕਿ ਜਦੋਂ ਉਨੀਂਦਰੇ ਦੇ ਵਿੱਚ ਅਸੀਂ ਰਹਿੰਦੇ ਹਾਂ ਜ਼ਿਆਦਾ ਟਾਈਮ ਸਟ੍ਰੈਸ ਦੇ ਵਿੱਚ ਰਹਿੰਦੇ ਹਾਂ ਸਭ ਤੋਂ ਪਹਿਲਾਂ ਤਾਂ ਉਨੀਂਦਰੇ ਦੇ ਵਿੱਚ ਆਪਣੇ ਆਪ ਹੀ ਬਣ ਜਾਂਦਾ ਸਮੱਸਿਆ ਬਣ ਜਾਂਦੀ ਹੈ ਤਾਂ ਜਦੋਂ ਤੁਸੀਂ ਉਨੀਂਦਰਾ ਲੰਬਾ ਸਮਾਂ ਜੀਵਨ 'ਚ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਬੋਡੀ ਦੇ ਸਾਰੇ ਔਰਗਨ ਜਿਹੜੇ ਨੇ ਡਿਸਟਰਬ ਹੋਣਾ ਸ਼ੁਰੂ ਹੋ ਜਾਂਦੇ ਨੇ ਜਦੋਂ ਡਿਸਟਰਬ ਹੁੰਦੇ ਨੇ ਤਾਂ ਉਹ ਹਰ ਇੱਕ ਔਰਗਨ ਦੇ ਅਲੱਗ ਅਲੱਗ ਰੂਪ ਰੇਖਾ ਬਦਲ ਚੁੱਕੀ ਹੁੰਦੀ ਤਾਂ ਉਸ ਦੇ ਅਕੋਰਡਿੰਗ ਜਿਹੜਾ ਵੀ ਤੁਹਾਡਾ ਔਰਗਨ ਡੈਮੇਜ ਹੋ ਰਿਹਾ ਹੁੰਦਾ ਜਿਹਦੇ ਸਿਮਟਮ ਚੇਂਜ ਹੋ ਜਾਂਦੇ ਉਹਦੇ ਹੀ ਰੂਪ ਦਾ ਇੱਕ ਤੁਹਾਨੂੰ ਅੱਗੇ ਬਿਮਾਰੀ ਦੇ ਰੂਪ ਦੇ ਵਿੱਚੋਂ ਸਾਹਮਣੇ ਆ ਜਾਂਦਾ। ਸੋ ਪਰਮੇਸ਼ਰ ਦੀ ਕਿਰਪਾ ਹੋਈ ਕਿ ਚਲੋ ਸਾਨੂੰ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਐਡਵਾਈਸ ਦਿੱਤੀ ਤਾਂ ਅਸੀਂ ਉਹਦੇ ਨਾਲ ਆਪਣੀ ਜਿਹੜੀ ਆਉਣ ਵਾਲੇ ਸਮੇਂ ਦੇ ਜਿਹੜੇ ਰੋਗ ਸੀਗੇ
ਉਹਨਾਂ ਨੂੰ ਵੀ ਅਸੀਂ ਕਵਰ ਕਰ ਚੁੱਕੇ ਹਾਂ। ਜੇ ਉਹ ਨਿੰਦਰੇ ਵਾਲੀ ਸਮੱਸਿਆ ਮੇਰੀ ਨਾ ਕਵਰ ਹੁੰਦੀ, ਜੇ ਅਸੀਂ ਡਾਕਟਰ ਸਾਹਿਬ ਨੂੰ ਨਾ ਮਿਲਦੇ ਉਹ ਕਵਰ ਨਾ ਹੁੰਦੀ, ਤਾਂ ਅੱਜ ਹੋ ਸਕਦਾ ਮੈਂ ਕਿਸੇ ਨਾ ਕਿਸੇ ਵੱਡੀ ਡਿਸੀਜ਼ ਨੂੰ ਲੈ ਕੇ ਤੁਹਾਡੇ ਨਾਲ ਡਾਕਟਰ ਸਾਹਿਬ ਦੇ ਕੋਲ ਆਪਣਾ ਟ੍ਰੀਟਮੈਂਟ ਲੈ ਰਿਹਾ ਹੁੰਦਾ, ਬਟ ਅਸੀਂ ਉਸ ਤੋਂ ਹੀ ਪਹਿਲਾਂ ਰਿਕਵਰੀ ਲੈ ਲਈ ਹੈ। ਪਰ ਪਿਛਲੇ ਸਮੇਂ ਦੇ ਦੌਰਾਨ ਜਦੋਂ ਲਾਸਟ ਟਾਈਮ ਮੈਂ ਜਦੋਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੀ ਸਾਇੰਸ ਕਲਾਸ ਵੈਲਨੈਸ ਕਲਾਸ ਜਿਹੜੀ ਸੀ ਉਹ ਅਟੈਂਡ ਕੀਤੀ ਸੀ, ਉਦੋਂ ਮੈਂ ਉਹਦੀ ਇੰਟਰਵਿਊ ਕਰਨ ਲਈ ਇੱਕ ਵੀਡੀਓ ਬਣਾਈ ਸੀ, ਤਾਂ ਉਦੋਂ ਤੁਸੀਂ ਵੀ ਉਸ ਕਲਾਸ ਦੇ ਵਿੱਚ ਹਾਜ਼ਰ ਸੀਗੇ ਅਤੇ ਤੁਸੀਂ ਉਦੋਂ ਵੀ ਮੈਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਸੀ ਅਤੇ ਤੁਸੀਂ ਕਲਾਸ ਲਗਾ ਰਹੇ ਸੀ ਜੀ, ਫਿਰ ਕਲਾਸ ਦੇ ਵਿੱਚ ਆਉਣ ਦਾ ਕੀ ਕਨਸੈਪਟ ਰਿਹਾ ਤੁਹਾਡਾ? ਹਾਂਜੀ, ਔਲਰੇਡੀ ਆਪਾਂ ਗੱਲ ਕਰ ਰਹੇ ਕਿ 3-4 ਪੇਸ਼ੈਂਟ ਆਪਣੇ ਔਲਰੇਡੀ ਘਰ 'ਚ ਚੱਲ ਰਹੇ ਸੀਗੇ, ਔਰ ਜਿਵੇਂ ਜਿਵੇਂ ਇਸ ਰੈਮਡੀਜ਼ ਦੇ ਨਾਲ ਘਰੇਲੂ ਉਪਾਅ ਦੇ ਨਾਲ ਚੇਂਜਿੰਗ ਦੇ ਨਾਲ ਜਦੋਂ ਰਿਜ਼ਲਟ ਆਉਣਾ ਸ਼ੁਰੂ ਹੋਇਆ, ਤਾਂ ਇੱਕ ਚੀਜ਼ ਬ੍ਰੇਨ 'ਚ ਮੈਂ ਉਸ ਦਿਨ ਵੀ ਇਹ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਇੰਟਰਵਿਊ ਦੇ ਵਿੱਚ ਕਿ ਉਸ ਦਿਨ ਬ੍ਰੇਨ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿ ਇੱਕ ਪਾਸੇ ਦਾ ਡਾਕਟਰ ਸਾਹਿਬ ਜਿੰਨੇ ਵੀ ਡਾਕਟਰ ਨੇ ਐਲੋਪੈਥੀ ਦੇ ਅੰਦਰ ਉਹ ਇਹ ਕਹਿ ਰਹੇ ਨੇ ਵੀ ਜਿਹੜੀ ਵੀ ਗੋਲੀ ਲੱਗਦੀ ਹੈ, ਜਿਹੜੀ ਵੀ ਬੋਡੀ ਇੱਕ ਵੀ ਬੋਡੀ ਦੇ ਅੰਦਰ ਗੋਲੀ ਜਾਣੀ ਸ਼ੁਰੂ ਹੋ ਜਾਂਦੀ ਹੈ ਉਹ ਬੰਦ ਨਹੀਂ ਹੋਏਗੀ, ਉਹ ਸਾਰੀ ਉਮਰ ਲਾਈਫ ਟਾਈਮ ਤੁਹਾਡੇ ਨਾਲ ਚੱਲੇਗੀ। ਬਟ ਦੂਸਰੇ ਪਾਸੇ ਸਾਡੀਆਂ ਗੋਲੀਆਂ ਵੀ ਬੰਦ ਹੋ ਚੁੱਕੀਆਂ ਨੇ, ਸਾਡੀ ਸਿਹਤ ਵੀ ਤੰਦਰੁਸਤ ਹੋ ਚੁੱਕੀ ਹੈ, ਅਸੀਂ ਆਪਣੇ ਖੁਸ਼ਹਾਲ ਜੀਵਨ ਜਿਹੜਾ ਜੀਣ ਦੀ ਜਿਹੜਾ ਨਵੀਂ ਸ਼ੁਰੂਆਤ ਕਰ ਚੁੱਕੇ ਹਾਂ। ਐਸਾ ਕੀ ਹੈ ਜੋ ਡਾਕਟਰ ਸਾਹਿਬ ਨੇ ਸਾਡੇ ਨਾਲ ਕੀਤਾ? ਤਾਂ ਉਹਦੇ ਬਾਰੇ ਜਦੋਂ ਅਸੀਂ ਡਿਸਕਸ ਡਾਕਟਰ ਸਾਹਿਬ ਦੇ ਨਾਲ ਹੋਈ ਤਾਂ ਸਾਨੂੰ ਪਤਾ ਚੱਲਿਆ ਕਿ ਡਾਕਟਰ ਸਾਹਿਬ ਵੈਲਨੈਸ ਸਾਇੰਸ ਕਲਾਸਾਂ ਵੀ ਸਾਨੂੰ ਦੇ ਰਹੇ ਨੇ, ਸਾਡੇ ਬੈਨੀਫਿਟਸ ਵਾਸਤੇ ਦੇ ਰਹੇ ਨੇ। ਤਾਂ ਉੱਥੇ ਮੈਂ ਮਹਿਸੂਸ ਕੀਤਾ ਇਸ ਚੀਜ਼ ਨੂੰ ਕਿ ਕਿਉਂ ਨਾ ਜਿਹੜੇ ਗਿਆਨ ਦੇ ਨਾਲ ਉਹਨਾਂ ਨੇ ਸਾਨੂੰ ਠੀਕ ਕੀਤਾ, ਕਿਉਂ ਨਾ ਉਹ ਗਿਆਨ ਹੀ ਅਸੀਂ ਆਪਣੇ ਇਨਟੇਕ ਕਰ ਲਈਏ, ਉਹਨੂੰ ਗਿਆਨ ਨੂੰ ਹੀ ਪ੍ਰਾਪਤ ਕਰ ਲਈਏ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਤੰਦਰੁਸਤੀ ਸਦਾ ਵਾਸਤੇ ਲੈ ਲਈਏ। ਸੋ ਉਸੇ ਸੋਚ ਦੇ ਨਾਲ ਅਸੀਂ ਵੈਲਨੈਸ ਕਲਾਸ ਨੂੰ ਮੈਂ ਖੁਦ ਅਟੈਂਡ ਕੀਤਾ, ਕਿਉਂਕਿ ਮੈਂ ਜਿਹੜੀਆਂ ਸਮੱਸਿਆਵਾਂ ਤੁਹਾਨੂੰ ਗਿਣਾ ਰਿਹਾ, ਮੈਂ ਸਟੂਡੈਂਟ ਸੀਗਾ ਉਸ ਸਮੇਂ, ਤਾਂ ਮੈਂ ਜਦੋਂ ਅਟੈਂਡ ਕੀਤਾ ਕਲਾਸ ਨੂੰ ਤਾਂ ਉਹਦਾ ਬਹੁਤ ਵੱਡੇ ਪੱਧਰ 'ਤੇ ਜਿਹੜਾ ਅੱਜ ਮੈਨੂੰ ਬੈਨੀਫਿਟ ਮਿਲਿਆ ਕਿ ਅੱਜ ਕੋਈ ਵੀ ਸਿਮਟਮ ਬੋਡੀ 'ਚ ਚੇਂਜ ਹੁੰਦਾ ਪਰਿਵਾਰ ਦੇ ਵਿੱਚ, ਈਵਨ ਕਿ ਸਾਡੇ ਰਿਸ਼ਤੇਦਾਰੀ ਦੇ ਵਿੱਚ ਵੀ ਕਿਤੇ ਕੋਈ ਸਮੱਸਿਆ ਪੈਦਾ ਹੁੰਦੀ ਹੈ, ਤਾਂ ਅਸੀਂ ਉਹਨਾਂ ਨੂੰ ਜੋ ਵੈਲਨੈਸ ਕਲਾਸ ਦੇ ਵਿੱਚੋਂ ਸਿੱਖਿਆ ਉਹਦੇ ਨਾਲ ਹੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਨਾ ਸ਼ੁਰੂ ਕੀਤਾ ਹੋਇਆ, ਉਹਨਾਂ ਦੇ ਖਾਣ ਪੀਣ 'ਚ ਬਦਲਾਵ ਕਰਨਾ ਸ਼ੁਰੂ ਕੀਤਾ ਹੋਇਆ। ਵੈਲਨੈਸ ਕਲਾਸ ਦਾ ਵੱਡੇ ਪੱਧਰ 'ਤੇ ਫਾਇਦਾ ਮੈਨੂੰ ਪਰਸਨਲੀ ਜਿਹੜਾ ਹੋਇਆ ਹੈ ਕਿ ਮੈਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਮੰਮਾ ਦੀ ਥਾਇਰਡ ਦੀ ਗੋਲੀ ਸੀ ਉਹ ਕਿਉਂ ਲੱਗੀ ਸੀ, ਅਗਰ ਥਾਇਰਡ ਬੋਡੀ ਦੇ ਵਿੱਚ ਆਇਆ ਹੈ, ਥਾਇਰਡ ਹੈ ਕੀ, ਥਾਇਰਡ ਕੀ ਤੁਹਾਡੀ ਬਿਮਾਰੀ ਹੈ, ਕਿ ਤੁਹਾਡੀ ਬੋਡੀ ਦਾ ਇੱਕ ਵਿਗੜਿਆ ਹੋਇਆ ਲੱਛਣ ਹੈ। ਇਹ ਵੈਲਨੈਸ ਕਲਾਸ 'ਚ ਆਣ ਕੇ ਪਤਾ ਚੱਲਿਆ, ਜਦੋਂ ਵੈਲਨੈਸ ਕਲਾਸ 'ਚ ਨਹੀਂ ਸੀਗੇ ਤਾਂ ਉਦੋਂ ਸਾਨੂੰ ਵੀ ਇਹ ਲੱਗ ਰਿਹਾ ਸੀ ਵੀ ਥਾਇਰਡ ਇੱਕ ਬਿਮਾਰੀ ਹੁੰਦੀ ਹੈ, ਬਟ ਅੱਜ ਵੈਲਨੈਸ ਕਲਾਸ ਨੂੰ ਅਟੈਂਡ ਕਰ ਰਹੇ, ਸਾਡਾ ਬੇਸਿਸ ਕੋਰਸ ਚੱਲ ਰਿਹਾ ਜਿਹੜਾ ਡਾਕਟਰ ਸਾਹਿਬ ਕੋਲ, ਡਾਕਟਰ ਸਾਹਿਬ ਦੇ ਕੋਲ, ਤਾਂ ਅੱਜ ਸਾਨੂੰ ਇਹ ਪਤਾ ਚੱਲ ਗਿਆ ਕਿ ਥਾਇਰਡ ਕੋਈ ਵੀ ਰੋਗ ਨਹੀਂ ਹੈ, ਥਾਇਰਡ ਇੱਕ ਬੋਡੀ ਦਾ ਵਿਗੜਿਆ ਹੋਇਆ ਲੱਛਣ ਹੈ। ਔਰ ਜਦੋਂ ਇਹ ਲੱਛਣ ਤੁਹਾਡੀ ਬੋਡੀ ਦੇ ਵਿੱਚ ਵਿਗੜਦਾ ਹੈ ਤਾਂ ਕਈ ਤਰ੍ਹਾਂ ਦੀਆਂ ਨਵੀਆਂ ਸਮੱਸਿਆਵਾਂ ਨੂੰ ਇਹ ਪੈਦਾ ਕਰ ਦਿੰਦਾ। ਤਾਂ ਜਦੋਂ ਤੁਸੀਂ ਆਪਣੇ ਘਰੇਲੂ ਉਪਾਅ ਦੇ ਨਾਲ ਡੇਲੀ ਨੀਡਸ ਜੋ ਖੁਰਾਕ ਹੈ ਤੁਹਾਡੀ ਉਹਦੀ ਚੇਂਜ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਹੀ ਆਪਣੇ ਦਮ 'ਤੇ ਹੀ ਤੁਸੀਂ ਇਸ ਰੋਗ 'ਚੋਂ ਬਾਹਰ ਆਉਣ ਵਾਸਤੇ ਉੱਦਮ ਜਿਹੜਾ ਉਹ ਖੁਦ ਹੀ ਕਰਦੇ ਹੋ। ਤੁਹਾਨੂੰ ਥਾਇਰਡ ਨੂੰ ਠੀਕ ਕਰਨ ਵਾਸਤੇ, ਤੁਹਾਡੀ ਸ਼ੂਗਰ ਨੂੰ ਬੈਲੈਂਸ ਕਰਨ ਵਾਸਤੇ, ਤੁਹਾਨੂੰ ਪਲੇਟਲੈਟਸ ਨੂੰ ਵਧਾਉਣ ਵਾਸਤੇ ਐਲੋਪੈਥੀ ਦੀ ਜ਼ਰੂਰਤ ਨਹੀਂ ਹੈ, ਬੇਸਿਕ ਗਿਆਨ ਦੀ ਜ਼ਰੂਰਤ ਹੈ। ਜਦੋਂ ਸਾਡੇ ਕੋਲ ਗਿਆਨ ਆ ਜਾਏਗਾ, ਅਸੀਂ ਕੋਈ ਵੀ ਸਮੱਸਿਆ ਸਾਡੇ ਸਰੀਰ 'ਚ ਚੱਲ ਰਹੀ ਹੈ, ਸਾਡੇ ਪਰਿਵਾਰ ਦੇ ਕਿਸੇ ਵੀ ਸਰੀਰ 'ਚ ਚੱਲ ਰਹੀ ਹੈ, ਜਾਂ ਕਿਸੇ ਵੀ ਰਿਸ਼ਤੇਦਾਰੀ ਦੇ ਵਿੱਚ ਨੇੜੇ ਨੇੜੇ ਸਾਡੇ ਦੋਸਤ ਮਿੱਤਰਾਂ ਦੀ ਸਰੀਰ 'ਚ ਚੱਲ ਰਹੀ ਹੋਏਗੀ, ਤਾਂ ਉਹਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਟ੍ਰੀਟਮੈਂਟ ਕਰ ਸਕਦੇ ਹਾਂ। ਇਹ ਸਾਰਾ ਕੁਛ ਅਸੀਂ ਵੈਲਨੈਸ ਕਲਾਸ ਦੇ ਵਿੱਚੋਂ ਸਿੱਖਿਆ, ਔਰ ਵੈਲਨੈਸ ਕਲਾਸ ਦਾ ਮੈਨੂੰ ਇੰਨਾ ਕੁ ਬੈਨੀਫਿਟ ਮਿਲ ਚੁੱਕਿਆ ਕਿ ਅੱਜ ਸਾਨੂੰ ਇਹ ਪਤਾ ਚੱਲ ਗਿਆ ਹੈ ਕਿ ਜੇ ਫਿਊਚਰ ਦੇ ਵਿੱਚ ਕੋਈ ਵੀ ਸਿਮਟਮ ਚੇਂਜ ਹੋਏਗਾ ਤਾਂ ਅਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਐਲੋਪੈਥੀ ਵੱਲ ਨੂੰ ਨਹੀਂ ਜਾਵਾਂਗੇ, ਅਸੀਂ ਆਪਣੇ ਹੀ ਤਰੀਕੇ ਨਾਲ ਆਪਣਾ ਇਲਾਜ ਖੁਦ ਕਰਾਂਗੇ। ਇਹ ਸਾਰਾ ਕੁਛ ਸਾਨੂੰ ਵੈਲਨੈਸ ਕਲਾਸ ਦੇ ਵਿੱਚੋਂ ਮਿਲਿਆ। ਤੁਸੀਂ ਕਿਹਾ ਵੀ ਅੰਦਰੋਂ ਤੁਸੀਂ ਗਿਆਨ ਹਾਸਲ ਕੀਤਾ ਅਤੇ ਤੁਹਾਨੂੰ ਜਿਹੜੀ ਇਸ ਚੀਜ਼ ਦਾ ਪਤਾ ਲੱਗਿਆ ਵੀ ਕਿ ਅਸਲ ਜੜ੍ਹ ਕਿੱਥੇ ਸੀ, ਬਿਮਾਰੀਆਂ ਦੀ ਜੜ੍ਹ ਕਿੱਥੇ ਸੀ, ਇਹ ਬਿਮਾਰੀ ਹੈ ਵੀ ਸੀ ਜਾਂ ਕਿ ਕਲਾਮਤ ਸੀ, ਇੱਕ ਲੱਛਣ ਸੀ ਜੀ, ਇਹ ਤੁਹਾਨੂੰ ਵੈਲਨੈਸ ਕਲਾਸ ਦੇ ਵਿੱਚ ਜਾ ਕੇ ਪਤਾ ਲੱਗਿਆ। ਅਤੇ ਜਦੋਂ ਵੈਲਨੈਸ ਕਲਾਸ ਦੇ ਵਿੱਚੋਂ ਤੁਸੀਂ ਇੰਨਾ ਗਿਆਨ ਹਾਸਲ ਕਰ ਲਿਆ ਤਾਂ ਫਿਰ ਕੀ ਇਹਦੇ 'ਚ ਇਹਨੂੰ ਤੁਸੀਂ ਲੋਕਾਂ ਦੀ ਸੇਵਾ 'ਚ ਲਾਇਆ ਜਾਂ ਫਿਰ ਆਪ ਹੀ ਤੁਸੀਂ ਆਪਣੇ ਪਰਿਵਾਰ ਵਾਸਤੇ ਆਪਣੇ ਆਪ ਨੂੰ ਠੀਕ ਕਰ ਲਿਆ ਅਤੇ ਹੁਣ ਤੁਸੀਂ ਆਪੋ ਆਪਣੇ ਕੰਮਾਂ 'ਤੇ ਲੱਗ ਚੁੱਕੇ ਹੋ? ਜੀ, ਇਸ ਚੀਜ਼ ਦੇ ਉੱਪਰ ਮੈਂ ਬੋਲਣਾ ਚਾਹਾਂਗਾ ਕਿ ਅਸੀਂ ਮੋਸਟਲੀ ਪੰਜਾਬੀ ਹਾਂ, ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਡਾ ਕਲਚਰ ਜਿਹੜਾ ਬੜਾ ਸੇਵਾ ਵਾਲਾ ਕਲਚਰ ਹੈ ਸਾਡਾ ਸਾਰੇ ਦਾ ਸਾਰਾ। ਸੋ ਇਹ ਚੀਜ਼ ਸਾਡੇ ਖੂਨ 'ਚ ਹੈ ਵੀ ਜਦੋਂ ਸਾਨੂੰ ਕਿਤਿਓਂ ਵੀ ਸਾਨੂੰ ਸਮੱਸਿਆ ਦਾ ਹੱਲ ਮਿਲਦਾ ਹੈ, ਕਿਤੋਂ ਕਿਤਿਓਂ ਵੀ ਕਿਸੇ ਵੀ ਪ੍ਰਕਾਰ ਦਾ ਸਾਨੂੰ ਬੈਨੀਫਿਟ ਮਿਲਦਾ ਹੈ, ਤਾਂ ਅਸੀਂ ਉਹਨੂੰ ਖੁੱਲ੍ਹ ਕੇ ਸ਼ੇਅਰ ਕਰਦੇ ਹਾਂ, ਇਹ ਸਾਡੇ ਸੁਭਾਅ ਦੇ ਵਿੱਚ ਹੈ। ਠੀਕ ਹੈ, ਇਹ ਤਾਂ ਜਦੋਂ ਇੱਥੋਂ ਸਾਨੂੰ ਪਰਿਵਾਰਿਕ ਬੈਨੀਫਿਟ ਮਿਲਿਆ, ਸਰੀਰ ਦੇ ਬੈਨੀਫਿਟ ਮਿਲੇ ਨੇ, ਉਸ ਤੋਂ ਬਾਅਦ ਵੈਲਨੈਸ ਕਲਾਸ 'ਚ ਆਣ ਕੇ ਬੈਠੇ, ਵੈਲਨੈਸ ਕਲਾਸ ਦੇ ਵਿੱਚ ਆਣ ਕੇ ਪਤਾ ਚੱਲਿਆ ਕਿ ਅੱਜ 90% ਲੋਕ ਜਿਹੜੇ ਨੇ ਉਹ ਬਿਮਾਰ ਨਹੀਂ ਹੈ,
100 ਦੇ ਵਿੱਚੋਂ 90% ਲੋਕ ਬਿਮਾਰ ਨਹੀਂ ਆ, ਉਹ ਸਿਰਫ ਤੇ ਸਿਰਫ ਸਿੰਪਟਮ ਦੇ ਸਤਾਏ ਹੋਏ ਨੇ ਜਿਹਨੂੰ ਲੈ ਕੇ ਉਹ ਆਲਰੇਡੀ ਡਾਕਟਰਾਂ ਦੇ ਚੱਕਰਾਂ ਦੇ ਵਿੱਚ ਫਸੇ ਹੋਏ ਨੇ ਔਰ ਜਿਹਨੂੰ ਲੈ ਕੇ ਅਲੱਗ ਅਲੱਗ ਤਰ੍ਹਾਂ ਦੀ ਐਲੋਪੈਥੀ ਲੈਣ ਤੋਂ ਬਾਅਦ ਉਹਨਾਂ ਦੀ ਬਾਡੀ 'ਚ ਜਿਹੜਾ ਰੋਗ ਨਹੀਂ ਸੀ ਉਹ ਬਣ ਚੁੱਕਿਆ ਹੁੰਦਾ ਜਾਂ ਬਣ ਜਾਂਦਾ। ਇਹ 90% ਲੋਕਾਂ ਨੂੰ ਸਮੱਸਿਆ ਪਹਿਲੇ ਦਿਨ ਨਹੀਂ ਹੁੰਦੀ। ਤਾਂ ਜਦੋਂ ਅਸੀਂ ਵੈਲਨੈਸ ਕਲਾਸ ਨੂੰ ਅਟੈਂਡ ਕੀਤਾ ਤਾਂ ਸਾਨੂੰ ਹੁਣ ਕੋਈ ਵੀ ਪਰਸਨ ਸਾਡੇ ਅੱਗੇ ਆਣ ਕੇ ਇਹ ਬੋਲ ਰਿਹਾ ਹੁੰਦਾ ਕਿ ਮੇਰਾ ਸਿਰ ਦਰਦ ਕਰ ਰਿਹਾ, ਮੇਰੇ ਮੈਨੂੰ ਖੱਟੇ ਡਕਾਰ ਆ ਰਹੇ ਨੇ, ਮੇਰੇ ਛਾਤੀ 'ਚ ਜਲਨ ਹੋ ਰਹੀ ਹੈ, ਮੇਰੇ ਛਾਤੀ 'ਚ ਦਰਦ ਹੋ ਰਹੀ ਹੈ, ਤਾਂ ਸਾਨੂੰ ਪਤਾ ਲੱਗ ਰਿਹਾ ਹੁੰਦਾ ਕਿ ਇਹਦੀ ਸਮੱਸਿਆ ਲੀਵਰ ਦੀ ਹੈ। ਜੇ ਸਿਰ 'ਚ ਦਰਦ ਹੋ ਰਿਹਾ, ਵੈਲਨੈਸ ਕਲਾਸਾਂ ਦਾ ਫਾਇਦਾ ਇਹ ਮਿਲਿਆ ਕਿ ਜੇ ਸਿਰ 'ਚ ਦਰਦ ਹੈ ਤਾਂ ਹੁਣ ਸਿਰ ਦਾ ਦਰਦ ਦਾ ਕਾਰਨ ਦੇ ਵੇਲੇ ਜਾਈਏ ਤਾਂ ਲੀਵਰ ਦੇ ਅੰਦਰ ਕੋਈ ਪ੍ਰੋਬਲਮ ਚੱਲ ਰਹੀ ਹੈ ਜਿਹਦੇ ਕਰਕੇ ਐਸਿਡ ਬਣ ਰਿਹਾ, ਔਰ ਐਸਿਡ ਜਦੋਂ ਪੇਟ ਤੋਂ ਬਣ ਕੇ ਉੱਪਰ ਬ੍ਰੇਨ ਤੱਕ ਜਾਂਦਾ ਹੈ ਤਾਂ ਉਹਦੇ ਵਿੱਚ 103 ਤਰ੍ਹਾਂ ਦੀਆਂ ਭਿਆਨਕ ਗੈਸਾਂ ਹੁੰਦੀਆਂ ਨੇ ਜਿਹੜੀਆਂ ਕਿ ਤੁਹਾਡੇ ਪੂਰੇ ਦੇ ਪੂਰੇ ਬਾਡੀ ਦੇ ਸਟ੍ਰਕਚਰ ਨੂੰ ਡਿਸਟਰਬ ਕਰਦੀਆਂ ਨੇ। ਔਰ ਜਦੋਂ ਪੇਟ ਤੋਂ ਐਸਿਡ ਬਣ ਕੇ ਤੁਹਾਡੇ ਬ੍ਰੇਨ ਤੱਕ ਜਾਂਦਾ ਹੈ ਤਾਂ ਉੱਥੇ ਤੁਹਾਡਾ ਹਾਰਟ ਵੀ ਰਸਤੇ 'ਚ ਆਉਂਦਾ ਹੈ, ਤੁਹਾਡਾ ਥਾਇਰਾਇਡ ਵੀ ਰਸਤੇ 'ਚ ਆਉਂਦਾ ਹੈ, ਤੁਹਾਡੇ ਉਸ ਤੋਂ ਬਾਅਦ ਬ੍ਰੇਨ ਤੱਕ ਜਾਂਦਾ। ਬ੍ਰੇਨ ਦੇ ਸੈੱਲ ਜਿਹੜੇ ਨੇ ਉਹ ਇਸ ਐਸਿਡ ਦੀ ਵਜ੍ਹਾ ਕਰਕੇ ਵੀਕ ਹੁੰਦੇ ਨੇ ਜਿਹਦਾ ਕਰਕੇ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਆਉਂਦੀ ਹੈ। ਜੋ ਬਰੀਕ ਵੇਵਸ ਹੁੰਦੀਆਂ ਨੇ ਬ੍ਰੇਨ ਦੇ ਅੰਦਰ ਉਹ ਕਮਜ਼ੋਰ ਹੋ ਜਾਂਦੀਆਂ ਜਿਹਦੇ ਕਰਕੇ ਮਾਈਗ੍ਰੇਨ ਦੀ ਸਮੱਸਿਆ ਆ ਜਾਂਦੀ ਹੈ। ਇਹ ਸਾਰੀਆਂ ਸਮੱਸਿਆਵਾਂ ਦੀ ਜਿਹੜੀ ਜੜ ਹੈ ਉਹ ਲੀਵਰ ਹੈ, ਮਤਲਬ ਐਸਿਡ ਜਿਹੜਾ ਬਣ ਰਿਹਾ ਉਹਦੀ ਵਜ੍ਹਾ ਕਰਕੇ ਇਹ ਪ੍ਰੋਬਲਮ ਆ ਗਈ। ਇਹ ਸਾਰਾ ਕੁਝ ਸਾਨੂੰ ਵੈਲਨੈਸ ਕਲਾਸ 'ਚ ਆਣ ਕੇ ਪਤਾ ਚੱਲਿਆ। ਇਸ ਤੋਂ ਪਹਿਲਾਂ ਅਸੀਂ ਵੀ ਇਹੋ ਕਹਿੰਦੇ ਸੀ ਵੀ ਸਿਰ ਦਰਦ ਹੋ ਰਿਹਾ ਤਾਂ ਸਿਰ ਦਰਦ ਦੀ ਗੋਲੀ ਲੈਣੀ ਪੈਗੀ ਫਿਰ ਠੀਕ ਹੋਏਗਾ, ਪਰ ਅੱਜ ਪਤਾ ਚੱਲਿਆ ਕਿ ਸਿਰ ਦਰਦ ਦੀ ਗੋਲੀ ਲੈਣ ਤੋਂ ਪਹਿਲਾਂ ਲੀਵਰ ਦਾ ਟ੍ਰੀਟਮੈਂਟ ਕਰਨਾ ਪਏਗਾ। ਸਾਨੂੰ ਲੀਵਰ ਨੂੰ ਤੰਦਰੁਸਤ ਕਰਨਾ ਪਏਗਾ ਤਾਂ ਹੀ ਅਸੀਂ ਸਦਾ ਵਾਸਤੇ ਤੰਦਰੁਸਤ ਹੋ ਸਕਦੇ। ਜੇ ਸਿਰ ਦਰਦ ਹੋਇਆ ਗੋਲੀ ਲੈ ਕੇ ਠੀਕ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਪ੍ਰੋਬਲਮ ਲੰਬੇ ਸਮੇਂ ਲਈ ਲੈ ਜਾਣੀ ਹੈ, ਔਰ ਇੰਨੀ ਲੰਬੀ ਚੱਲ ਜਾਣੀ ਹੈ ਕਿ ਉਸ ਤੋਂ ਬਾਅਦ ਜਿਹੜਾ ਤੁਹਾਡਾ ਔਰਗਨ ਜਿਹੜਾ ਇੱਕ ਸਿਮਟਮ 'ਚ ਸਿਮਟਮ ਬਦਲੇ ਨੇ ਵਿਗੜ ਰਿਹਾ ਉਹ ਵੱਡੇ ਸਮੱਸਿਆ ਦੇ ਵਿੱਚ ਉਹਨੇ ਲੈ ਜਾਣਾ ਤੁਹਾਨੂੰ। ਅਤੇ ਉਹ ਹੁਣ ਜਦੋਂ ਕਿਸੇ ਵੀ ਕੋਈ ਵੀ ਪਰਸਨ ਸਾਨੂੰ ਆਪਣੀ ਸਮੱਸਿਆ ਦੱਸ ਰਿਹਾ ਹੁੰਦਾ, ਸਾਨੂੰ ਪਤਾ ਲੱਗ ਰਿਹਾ ਹੁੰਦਾ ਕਿ ਸਮੱਸਿਆ ਇਹਦੇ ਸਿਰ ਦੇ ਵਿੱਚ ਨਹੀਂ ਹੈ, ਸਮੱਸਿਆ ਇਹਦੇ ਪੈਰ ਦੇ ਵਿੱਚ ਨਹੀਂ ਹੈ, ਸਮੱਸਿਆ ਇਹਦੀ ਕਿਤੇ ਹੋਰ ਚੱਲ ਰਹੀ ਹੈ, ਔਰ ਜਦੋਂ ਅਸੀਂ ਉਹਦਾ ਡਾਇਗਨੋਸ ਕਰਦੇ ਹਾਂ ਡਾਕਟਰ ਸਾਹਿਬ ਵੱਲੋਂ ਦਿੱਤੀ ਹੋਈ ਸਲਾਹ ਦੇ ਮੁਤਾਬਕ ਉਹਦਾ ਡਾਇਗਨੋਸ ਕਰਦੇ ਤਾਂ ਉਹਦੇ ਰੋਗ ਦੀ ਜੜ੍ਹ ਦੇ ਉੱਪਰ ਹੀ ਅਸੀਂ ਉਹਦਾ ਇਲਾਜ ਸ਼ੁਰੂ ਕਰਦੇ ਹਾਂ, ਨਾ ਕਿ ਉਹਦੇ ਪਹਿਲਾਂ ਦਰਦ ਨੂੰ ਠੀਕ ਕੀਤਾ ਜਾਂਦਾ, ਪਹਿਲਾਂ ਉਹਦੀ ਜੜ੍ਹ ਨੂੰ ਠੀਕ ਕੀਤਾ ਜਾਂਦਾ। ਦਰਦ ਜੋ ਵੀ ਸਮੱਸਿਆ ਬਾਕੀ ਉਹਦੇ ਸਿਮਟਮ ਚੇਂਜ ਹੋ ਜਾਂਦੇ ਨੇ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਂਦੇ ਨੇ। ਕਹਿਣ ਦਾ ਮਤਲਬ ਜਿੰਨੇ ਵੀ ਪਰਿਵਾਰ ਸਾਡੇ ਨਾਲ ਅੱਜ ਜੁੜ ਰਹੇ ਨੇ ਉਹ ਸਾਰੇ ਦੇ ਸਾਰੇ ਇੱਕ ਐਡਵਾਈਸ ਦੇ ਨਾਲ ਹੀ ਠੀਕ ਹੋਣ ਦੇ ਵੱਲ ਨੂੰ ਜਾ ਰਹੇ ਨੇ। ਅਤੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਤੁਸੀਂ ਪਹਿਲਾਂ ਤੁਸੀਂ ਲੰਮੇ ਸਮੇਂ ਦੇ ਤੱਕ ਤੁਸੀਂ ਵੀ ਜਿਹੜੀ ਆ ਐਲੋਪੈਥੀ ਦਵਾਈਆਂ ਦੇ ਵੱਲ ਤੁਸੀਂ ਦੌੜੇ, ਉਹਨਾਂ ਤੋਂ ਇਲਾਜ ਕਰਵਾਇਆ, ਫਿਰ ਕੀ ਤੁਹਾਡੇ ਨਾਲ ਜਿਹੜੇ ਲੋਕ ਜੁੜ ਰਹੇ ਨੇ ਇਲਾਜ ਕਰਵਾਉਣ ਲਈ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੀ ਪੈਥੀ ਦੇ ਅਨੁਸਾਰ ਜੀ, ਕੀ ਉਹ ਲੋਕ ਨੇ ਜਿਹੜੇ ਕਿ ਪਹਿਲਾਂ ਹੀ ਹੋਰ ਦਵਾਈਆਂ ਹੋਰ ਜਿਹੜੇ ਇਲਾਜ ਕਰਵਾ ਕੇ ਸਤਾਏ ਹੋਏ ਨੇ, ਜਾਂ ਫਿਰ ਤੁਹਾਨੂੰ ਨਵੇਂ ਜਿਹੜੇ ਬਿਲਕੁਲ ਜਿਹੜੇ ਹਲੇ ਕਿਸੇ ਪਾਸੇ ਨਹੀਂ ਜੁੜੇ ਤੇ ਸਿੱਧੇ ਹੀ ਤੁਹਾਡੇ ਕੋਲ ਜੁੜੇ ਨੇ ਜਾਂ ਕਿਸੇ ਤੋਂ ਸੁਣ ਕੇ ਆਏ ਨੇ, ਉਹ ਕਿੱਦਾਂ ਦੇ ਲੋਕ ਨੇ ਜਿਹੜੇ ਤੁਹਾਡੇ ਨਾਲ ਜੁੜ ਰਹੇ ਨੇ? ਜੀ, ਇਹਦੇ 'ਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਅੱਜ ਲੋਕ ਆ ਰਹੇ ਨੇ ਉਹ ਪਹਿਲੇ ਦਿਨ ਸਾਡੇ ਕੋਲ ਛੋਟੇ ਸਿਮਟਮ ਨੂੰ ਲੈ ਕੇ ਨਹੀਂ ਆ ਰਹੇ, ਉਹ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਬਣਾ ਕੇ ਸਾਡੇ ਕੋਲ ਆ ਰਹੇ ਨੇ, ਕਿਉਂਕਿ ਉਹਨਾਂ ਨੇ ਅੱਜ ਸਾਡੇ ਕੋਲ ਜਿਹੜੇ ਪੇਸ਼ੈਂਟ ਆ ਰਹੇ ਨੇ, ਮੈਂ ਦੱਸਾਂ ਤਾਂ PGI ਦੇ ਪੇਸ਼ੈਂਟ ਜਿਹੜੇ ਜਵਾਬ ਹੋਏ ਪੇਸ਼ੈਂਟ ਨੇ ਉਹ ਵੀ ਅੱਜ ਸਾਡੀ ਐਡਵਾਈਸ ਲੈਣ ਵਾਸਤੇ ਆ ਰਹੇ ਨੇ ਕਿ ਤੁਸੀਂ ਕੀ ਐਸਾ ਦੇ ਰਹੇ ਹੋ, ਕੀ ਐਸਾ ਤੁਸੀਂ ਚੇਂਜ ਕਰਵਾ ਰਹੇ ਹੋ ਜਿਹਦੇ ਨਾਲ ਤੁਸੀਂ ਇੰਨੇ ਰਿਜ਼ਲਟ ਲੈ ਰਹੇ ਹੋ, ਅਲਟੀਮੇਟ ਰਿਜ਼ਲਟ ਲੈ ਰਹੇ ਹੋ। ਔਰ ਮੈਂ ਆਪਣਾ ਹਰਿਆਣੇ ਦੇ ਵਿੱਚ ਮੈਂ ਗੱਲ ਕਰਾਂ, ਹਰਿਆਣੇ ਦੇ ਵਿੱਚ ਵੀ ਡਾਕਟਰ ਸਾਹਿਬ ਦਾ ਇੱਕ ਆਫਿਸ ਜਿਹੜਾ ਓਪਨ ਹੋਇਆ, ਉੱਥੇ ਇੱਕ ਬਹੁਤ ਅੱਛਾ ਰਿਜ਼ਲਟ ਜਿਹੜਾ ਆਪਾਂ ਨੂੰ ਮਿਲਿਆ ਉਹ ਮਿਲਿਆ ਸੀ ਆਪਾਂ ਨੂੰ ਬੋਨ ਮੈਰੋ ਦੇ ਉੱਪਰ। 33 ਸਾਲ ਦੀ ਏਜ ਸੀਗੀ ਉਸ ਲੜਕੇ ਦੀ, ਸੁਰਜੀਤ ਕੁਮਾਰ ਉਹਦਾ ਨਾਮ ਹੈ ਜੀ, ਔਰ ਉਹ PGI ਦਾ ਪੇਸ਼ੈਂਟ ਸੀਗਾ, ਔਰ PGI ਨੇ ਉਸ ਇਨਸਾਨ ਨੂੰ ਉਸ ਲੜਕੇ ਨੂੰ ਇਹ ਬੋਲਿਆ ਸੀਗਾ ਕਿ ਜੇ ਤੇਰਾ ਟ੍ਰੀਟਮੈਂਟ ਹੋਏਗਾ ਉਹਦੇ ਵਾਸਤੇ 50 ਲੱਖ ਰੁਪਇਆ ਲੱਗੇਗਾ, ਔਰ ਉਸ 50 ਲੱਖ ਤੋਂ ਬਾਅਦ ਵੀ ਤੇਰੀ ਕੋਈ ਗਰੰਟੀ ਨਹੀਂ ਹੈ। ਔਰ ਇਹ ਚੀਜ਼ ਸਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਕਿਤੇ ਵੀ ਕੋਈ ਡਾਕਟਰ ਆਪਾਂ ਨੂੰ ਗਰੰਟੀ ਨਹੀਂ ਦਿੰਦਾ, ਇਹ ਸੁਭਾਵਿਕ ਚੀਜ਼ ਹੈ। ਤਾਂ ਉਹਨਾਂ ਨੇ ਕੋਈ ਗਰੰਟੀ ਨਹੀਂ ਸੀ ਦਿੱਤੀ, ਬਟ ਉਹ ਪਰਮੇਸ਼ਰ ਦੀ ਕਿਰਪਾ ਹੋਈ, ਉਹ ਸਾਡੀ ਨੌਲੇਜ ਦੇ ਵਿੱਚ ਆਏ, ਸਾਡੇ ਤੱਕ ਉਹਨਾਂ ਨੇ ਅਪਰੋਚ ਕੀਤੀ, ਉਹ ਡਾਕਟਰ ਵਿੰਦ ਉਹਨਾਂ ਨੂੰ ਡਾਕਟਰ ਵਿੰਦਰ ਭੁੱਲਰ ਜੀ ਦੇ ਨਾਲ ਅਸੀਂ ਮਿਲਾਇਆ। ਤਾਂ ਜਦੋਂ ਉਹਨਾਂ ਨੂੰ ਐਡਵਾਈਸ ਦਿੱਤੀ ਗਈ, ਜੋ ਰੈਮਡੀਜ਼ ਉਹਨਾਂ ਨੂੰ ਚਾਹੀਦੀਆਂ ਸੀ, ਬੋਡੀ ਨੂੰ ਰਿਕੁਆਇਰਮੈਂਟ ਸੀਗੀ ਉਹਨਾਂ ਦੀ, ਉਹਦੇ ਮੁਤਾਬਕ ਉਹਨਾਂ ਨੂੰ ਰੈਮਡੀਜ਼ ਦਿੱਤੀਆਂ ਗਈਆਂ, ਅੱਜ ਤੁਸੀਂ ਬਹੁਤ ਜਲਦ ਆਪਾਂ ਨੂੰ ਤੁਹਾਡੇ ਵੀ ਉਹਨਾਂ ਦਰਸ਼ਨ ਕਰਵਾਵਾਂਗੇ ਜਲਦੀ ਉਹਨਾਂ ਦੇ ਨਾਲ, ਕਿ ਉਹ ਅੱਜ ਬਿਲਕੁਲ ਤੰਦਰੁਸਤ ਨੇ, ਬਿਲਕੁਲ ਠੀਕ ਹੋ ਚੁੱਕੇ ਨੇ। ਉਹਨਾਂ ਦੀ ਜਿਹੜੀ ਬੋਨ ਮੈਰੋ PGI ਨੇ ਬੋਲਿਆ ਸੀਗਾ ਕਿ ਉਹਨਾਂ ਨੂੰ ਟ੍ਰਾਂਸਪਲਾਂਟ ਕਰਾਉਣਾ ਪਏਗਾ, ਉਹ ਬਿਨਾਂ ਕਿਸੇ ਟ੍ਰਾਂਸਪਲਾਂਟ ਤੋਂ ਅੱਜ ਬਿਲਕੁਲ ਸਵਸਥ ਨੇ, ਤੰਦਰੁਸਤ ਨੇ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਅੱਜ ਬਿਲਕੁਲ ਜਿਹੜੇ ਸਤਾਏ ਹੋਏ ਨੇ ਹੋਸਪਿਟਲਾਂ 'ਚ, ਸਤਾਏ ਹੋਏ ਨੇ ਜਿਹੜੀ ਗਲਤ ਨੌਲੇਜ ਦੇ, ਵੱਡੀ ਚੀਜ਼ ਹੈ ਕਿ ਅੱਜ ਨੌਲੇਜ ਹੀ ਗਲਤ ਪਾਸ ਹੋ ਰਹੀ ਹੈ, ਉਹ ਗਲਤ ਨੌਲੇਜ ਨੂੰ ਲੈ ਕੇ ਜਿਹੜਾ ਅੱਜ ਪੇਸ਼ੈਂਟ ਜਿਹੜਾ
ਵੱਲੋਂ ਤਾਂ ਹੈ ਕਿਉਂਕਿ 90% 100% ਹੀ ਮੈਂ ਕਹਿ ਸਕਦਾ ਕਿ ਉਹਦਾ ਜਿਹੜਾ ਰੁਝਾਨ ਸਾਡਾ ਇਸ ਕਰਕੇ ਕਿਉਂਕਿ ਸਾਨੂੰ ਨੇੜੇ ਜਿਹੜਾ ਸਾਨੂੰ ਐਲੋਪੈਥੀ ਜਿਹੜਾ ਅਵੇਲੇਬਲ ਮਿਲ ਜਾਂਦੀ ਕਿਉਂਕਿ ਮੈਂ ਪਿੰਡ ਦੇ ਵਿੱਚ ਅਗਰ ਸਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਐਲੋਪੈਥੀ ਕੋਲ ਜਾਂਦੇ ਹਾਂ ਉਹ ਸਾਡੀ ਕਿਸੇ ਵੀ ਪਿੰਡ ਦੇ ਗੋਲੀ ਨੁੱਕਰ ਦੇ ਉੱਪਰ ਆਪਣਾ ਉਹਨਾਂ ਨੇ ਪ੍ਰੈਕਟਿਸ ਦੇ ਵਿੱਚ ਲੱਗੇ ਹੋਏ ਨੇ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਉਹ ਉਹਨਾਂ ਦੇ ਕੋਲ ਸਾਡਾ ਜਾਣਾ ਪੇਸ਼ੈਂਟ ਜਿਹੜਾ ਜਲਦੀ ਚਲਾ ਜਾਂਦਾ ਫਿਰ ਉਸ ਤੋਂ ਅੱਗੇ ਜਦੋਂ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਪ੍ਰੋਬਲਮ ਵਧਣੀ ਸ਼ੁਰੂ ਹੁੰਦੀ ਹੈ ਤਾਂ ਉਹੀ ਜਿਹੜਾ ਐਲੋਪੈਥੀ ਵਾਲਾ ਜਿਹੜਾ RMP ਡਾਕਟਰ ਹੁੰਦਾ ਉਹਨਾਂ ਨੂੰ ਰੈਫਰੈਂਸ ਦਿੰਦਾ ਫਿਰ ਹੋਸਪਿਟਲ ਦਾ ਹੁਣ ਉਹ ਜੋ ਆਪਣੀ ਪੈਥੀ ਦੇ ਰਿਹਾ ਹੁਣ ਇਹ ਤਾਂ ਨਹੀਂ ਹੈ ਕਿ ਉਹ ਐਲੋਪੈਥੀ ਦੇ ਰਿਹਾ ਤਾਂ ਉਹ ਨੈਚੁਰੋਪੈਥੀ ਦਾ ਐਡਰੈਸ ਦੇਗਾ ਉਹ ਐਲੋਪੈਥੀ ਦਾ ਹੀ ਐਡਰੈਸ ਦਿੰਦਾ ਔਰ ਜਦੋਂ ਐਲੋਪੈਥੀ ਐਡਰੈਸ ਦਿੰਦਾ ਤਾਂ ਉਹ ਹੋਸਪਿਟਲ ਜਾਂਦੇ ਨੇ ਔਰ ਹੋਸਪਿਟਲ ਜਾਣ ਤੋਂ ਬਾਅਦ ਕੋਈ 2 ਸਾਲ ਚੱਲ ਜਾਂਦਾ ਪੇਸ਼ੈਂਟ ਕੋਈ 3 ਸਾਲ ਚੱਲ ਜਾਂਦਾ ਕੋਈ 4 ਸਾਲ ਚੱਲ ਜਾਂਦਾ ਜਦੋਂ ਲੰਬਾ ਸਮਾਂ ਹੋਸਪਿਟਲ ਨਾਲ ਅਸੀਂ ਜੁੜਦੇ ਹਾਂ ਲੰਬਾ ਸਮਾਂ ਇਹਨਾਂ ਗੋਲੀਆਂ ਦਵਾਈਆਂ ਦੇ ਨਾਲ ਜੁੜਦੇ ਹਾਂ ਤਾਂ ਉਹਦੇ ਨਾਲ ਸਾਡੇ ਬੋਡੀ ਦੇ ਜਿਹੜੇ ਮੇਜਰ ਔਰਗਨ ਨੇ ਜਿਹਦੇ ਵਿੱਚ ਹਾਰਟ ਹੈ ਲੀਵਰ ਹੈ ਕਿਡਨੀ ਹੈ ਸਾਡਾ ਪੈਨਕਰੀਅਸ ਹੈ ਇਹ ਮੇਜਰ ਅੰਗ ਜਿਹੜੇ ਨੇ ਬਿਲਕੁਲ ਡਿਸਟਰਬ ਹੋ ਜਾਂਦੇ ਨੇ ਕਿਉਂਕਿ ਐਲੋਪੈਥੀ ਦਾ ਸਾਈਡ ਇਫੈਕਟ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ ਕਿ ਕੀ ਸਾਡੀ ਬੋਡੀ 'ਚ ਹੋ ਰਿਹਾ ਔਰ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਉਹ ਸਿਮਟਮ ਚੇਂਜ ਹੋਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਹੁਣ ਇੱਥੇ ਸਾਡੇ ਹੱਥ ਖੜ੍ਹੇ ਹੋ ਚੁੱਕੇ ਨੇ ਇਸ ਤੋਂ ਅੱਗੇ ਸਾਡਾ ਹੱਲ ਹੀ ਨਹੀਂ ਕਿਤੇ ਆ ਸੋ ਇਸ ਤਰ੍ਹਾਂ ਦੇ ਪੇਸ਼ੈਂਟ ਫਿਰ ਸਾਨੂੰ ਜਿਹੜੇ ਸਾਡੇ ਤੱਕ ਅਪਰੋਚ ਕਰਦੇ ਨੇ ਔਰ ਜਿਹੜੇ ਸਭ ਕਿਊਟ ਔਰ ਸਭ ਕਿਊਟ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਅਸੀਂ ਆਪਣੇ ਲੈਵਲ 'ਤੇ ਵੀ ਡਾਇਗਨੋਸ ਕਰਦੇ ਹਾਂ ਔਰ ਉਸ ਤੋਂ ਬਾਅਦ ਜਿਹੜੇ ਕ੍ਰੋਨੀਕਲ ਪੇਸ਼ੈਂਟ ਹੁੰਦੇ ਨੇ ਉਹਨਾਂ ਨੂੰ ਅਸੀਂ ਡਾਕਟਰ ਵਰਿੰਦਰ ਭੁੱਲਰ ਜੀ ਦੇ ਨਾਲ ਮਿਲਾਉਂਦੇ ਹਾਂ ਫਿਰ ਉਹਨਾਂ ਦੀ ਐਡਵਾਈਸ ਦੇ ਨਾਲ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਕਹਿਣ ਦਾ ਮਤਲਬ ਕਿ ਬਹੁਤ ਦੁਨੀਆ ਅੱਜ ਸਤਾਈ ਹੋਈ ਹੈ ਇਹਨਾਂ ਬਿਮਾਰੀਆਂ ਨੂੰ ਲੈ ਕੇ ਔਰ ਕੱਲ੍ਹ OPD ਸੀਗੀ ਕੱਲ੍ਹ ਦੀ ਤਰੀਕ ਦੇ ਵਿੱਚ OPD ਸੀ ਮੋਗਾ ਹੋਸਪਿਟਲ ਦੇ ਵਿੱਚ ਸੋ ਸਾਡੀ ਇੱਥੇ ਡਿਊਟੀ ਲੱਗੀ ਤਾਂ ਇੱਕ ਪੇਸ਼ੈਂਟ ਬੈਠੇ ਸਾਡੇ ਕੋਲ ਐਡਵਾਈਸ ਵਾਸਤੇ ਤਾਂ ਉਹ ਮੇਰੇ ਕੋਲ ਬੈਠੇ ਤਾਂ ਉਹਨਾਂ ਨੇ ਜਦੋਂ ਆਪਣੇ ਹੋਸਪਿਟਲ 'ਚ ਐਂਟਰੀ ਕੀਤੀ ਤਾਂ ਉਹਨਾਂ ਨੇ ਇੱਕ ਬੜੇ ਅੱਛੇ ਵਿਚਾਰ ਪੇਸ਼ ਕੀਤੇ ਉਹ ਕਹਿੰਦੇ ਵੀ ਡਾਕਟਰ ਸਾਹਿਬ ਅਸੀਂ ਆਲਰੇਡੀ ਬਹੁਤ ਸਾਰੀਆਂ ਸਮੱਸਿਆਵਾਂ 'ਚੋਂ ਉਲਝੇ ਹੋਏ ਸੀਗੇ ਆਲਰੇਡੀ ਆਪਾਂ ਇਸ ਚੀਜ਼ 'ਤੇ ਗੱਲ ਕਰ ਰਹੇ ਹਾਂ ਉਹ ਕਹਿੰਦੇ ਅਸੀਂ ਬੜੀਆਂ ਸਮੱਸਿਆਵਾਂ 'ਚ ਉਲਝੇ ਹੋਏ ਸੀਗੇ ਔਰ ਇਹਨੂੰ ਲੈ ਕੇ ਅਸੀਂ ਅਲੱਗ ਅਲੱਗ ਪੈਥੀ 'ਚ ਗਏ ਸੀਗੇ ਅਲੱਗ ਅਲੱਗ ਡਾਕਟਰਸ ਦੇ ਨਾਲ ਅਸੀਂ ਰਾਬਤਾ ਕਾਇਮ ਕੀਤਾ ਸੀਗਾ ਅਲੱਗ ਅਲੱਗ ਹੋਸਪਿਟਲ 'ਚ ਗਏ ਸੀਗੇ ਕਹਿੰਦੇ ਜਿੱਥੇ ਵੀ ਜਾਂਦੇ ਸੀਗੇ ਇੱਕ ਮਨ ਦੇ ਵਿੱਚ ਡਰ ਇੱਕ ਭੈ ਰਹਿੰਦਾ ਸੀਗਾ ਕਿ ਪਤਾ ਨਹੀਂ ਇੱਥੋਂ ਆਰਾਮ ਆਏਗਾ ਕਿ ਨਹੀਂ ਆਏਗਾ ਪਤਾ ਨਹੀਂ ਇੱਥੇ ਸਾਡਾ ਕੀ ਹੱਲ ਹੋਏਗਾ ਪਤਾ ਨਹੀਂ ਇੱਥੇ ਕਿੰਨੇ ਕੁ ਪੈਸੇ ਲੱਗਣਗੇ ਕਿੰਨੇ ਕੁ ਨਹੀਂ ਲੱਗਣਗੇ ਕਹਿੰਦੇ ਇਹ ਚੀਜ਼ਾਂ ਸਾਨੂੰ ਜਿਹੜੀਆਂ ਉਹ ਦਿਮਾਗ 'ਚ ਆਉਂਦੀਆਂ ਸੀਗੀਆਂ ਬਟ ਕਹਿੰਦੇ ਜਦੋਂ ਤੁਹਾਡੇ ਹੋਸਪਿਟਲ 'ਚ ਅਸੀਂ ਐਂਟਰ ਕੀਤਾ ਬੜੇ ਅੱਛੇ ਸ਼ਬਦ ਉਹਨਾਂ ਨੇ ਬੋਲੇ ਕਹਿੰਦੇ ਜਦੋਂ ਤੁਹਾਡੇ ਹੋਸਪਿਟਲ 'ਚ ਅਸੀਂ ਐਂਟਰ ਕੀਤਾ ਕਹਿੰਦੇ ਇੱਥੋਂ ਦਾ ਅਸੀਂ ਕਿ ਜਦੋਂ ਮਾਹੌਲ ਦੇਖਿਆ ਕਹਿੰਦੇ ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਹੋਸਪਿਟਲ 'ਚ ਹਾਂ ਕਹਿੰਦੇ ਜਿੰਨਾ ਤੁਹਾਡਾ ਸਟਾਫ ਹੈ ਜਿੰਨਾ ਤੁਹਾਡੇ ਇੱਥੇ ਜਿੰਨੇ ਕਿ ਵਰਕਰ ਸਾਰੇ ਡਿਊਟੀ ਆਪਣੇ ਕਰ ਰਹੇ ਨੇ ਕਹਿੰਦੇ ਸਾਰਿਆਂ ਦੇ ਚਿਹਰਿਆਂ ਦੇ ਉੱਪਰ ਜਿਹੜਾ ਇੱਕ ਹਾਸਾ ਹੈ ਇੱਕ ਚਾਹ ਹੈ ਸਾਰਿਆਂ ਦੇ ਚਿਹਰੇ ਦੇ ਉੱਪਰ ਉਹ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਉਹ ਚੀਜ਼ ਨੂੰ ਕਹਿੰਦੇ ਫੀਲ ਕੀਤਾ ਹੈ ਕਿ ਇੱਥੇ ਸਾਡਾ ਜਿਹੜਾ ਸਮੱਸਿਆ ਜਿਹੜੀ ਅਸੀਂ ਲੈ ਕੇ ਆਏ ਹਾਂ ਸਾਡਾ ਇਸ ਜਗ੍ਹਾ 'ਤੇ ਸਾਡਾ ਹੱਲ ਹੋ ਸਕਦਾ ਮਤਲਬ ਇੱਕ ਪੇਸ਼ੈਂਟ ਨੂੰ ਅੱਛੀ ਫੀਲਿੰਗ ਆਈ ਹੈ ਸਾਡੀ ਹੋਸਪਿਟਲ ਜਾ ਕੇ ਅੱਛੀ ਫੀਲਿੰਗ ਆਈ ਹੈ ਕਿ ਇੱਥੇ ਸਾਨੂੰ ਸਾਡੀ ਜਿਹੜੀ ਇੰਨੇ ਲੰਬੇ ਸਮੇਂ ਦੀ ਸਮੱਸਿਆ ਹੈ ਉਹਦਾ ਸਾਨੂੰ ਇੱਥੇ ਹੱਲ ਮਿਲ ਸਕਦਾ ਹੁਣ ਇਹ ਫੀਲਿੰਗ ਹੀ ਪੇਸ਼ੈਂਟ ਨੂੰ ਜਲਦੀ ਠੀਕ ਕਰਨ ਵੱਲ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਇੱਕ ਮੈਂਟਲੀ ਜਿਹੜੀ ਉਹ ਚੀਜ਼ ਜੁੜੀ ਹੁੰਦੀ ਹੈ ਕਿ ਮੈਂ ਇੱਥੋਂ ਠੀਕ ਜਿਹੜੀ ਹੋਸਪਿਟਲ ਜਾ ਕੇ ਉਹਨਾਂ ਦਿਮਾਗ 'ਚ ਆ ਰਿਹਾ ਸੀ ਵੀ ਇੱਥੋਂ ਠੀਕ ਨਹੀਂ ਹੋ ਸਕਦੇ ਤਾਂ ਉਹ ਨਹੀਂ ਵੀ ਹੋ ਰਹੇ ਸੀਗੇ ਇੱਥੇ ਆਣ ਕੇ ਉਹਨੂੰ ਅੱਛੀ ਫੀਲਿੰਗ ਹੀ ਪਹਿਲਾਂ ਆਈ ਹੈ ਕਿ ਅਸੀਂ ਇੱਥੇ ਆਣ ਕੇ ਠੀਕ ਹੋ ਸਕਦੇ ਹਾਂ ਹੁਣ ਉਹ ਬਹੁਤ ਜਲਦ ਸਾਨੂੰ ਪਤਾ ਇਸ ਚੀਜ਼ ਦਾ ਕਿ ਅਸੀਂ ਜਿੰਨੇ ਕਿ ਪੇਸ਼ੈਂਟਾਂ ਨੂੰ ਡੀਲ ਕਰ ਰਹੇ ਹਾਂ ਜਾਂ ਪੇਸ਼ੈਂਟ ਦੇ ਨਾਲ ਡਾਇਗਨੋਸ ਨੂੰ ਲੈ ਕੇ ਚੱਲ ਰਹੇ ਹਾਂ ਸੋ ਸਾਨੂੰ ਪਤਾ ਕਿ ਉਹਨਾਂ ਦਾ ਬਹੁਤ ਜਲਦ ਉਹਨਾਂ ਨੂੰ ਰਿਜ਼ਲਟ ਵੀ ਮਿਲ ਜਾਣਾ ਕਿਉਂਕਿ ਅੱਛੀ ਫੀਲਿੰਗ ਉਹਨਾਂ ਨੂੰ ਆ ਗਈ ਹੈ ਸੋ ਕਹਿਣ ਦਾ ਮਤਲਬ ਕਿ ਸਭ ਤੋਂ ਪਹਿਲਾਂ ਡਾਕਟਰ ਵਿੰਦਰ ਸਿੰਘ ਭੁੱਲਰ ਜੀ ਦੀ ਦਿੱਤੀ ਹੋਈ ਸਲਾਹ ਦੇ ਮੁਤਾਬਕ ਅਸੀਂ ਪੇਸ਼ੈਂਟ ਨੂੰ ਅੱਛੇ ਢੰਗ ਦੇ ਨਾਲ ਐਡਵਾਈਜ਼ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਤੁਸੀਂ ਕੀ ਲੈਣਾ ਅਤੇ ਕੀ ਨਹੀਂ ਲੈਣਾ ਸਭ ਤੋਂ ਪਹਿਲੇ ਨੰਬਰ 'ਤੇ ਇਹ ਚੀਜ਼ ਦੱਸੀ ਜਾਂਦੀ ਹੈ ਨਾ ਕਿ ਪਹਿਲਾਂ ਉਹਨਾਂ ਨੂੰ ਰੈਮਡੀਜ਼ ਦੱਸੀਆਂ ਜਾਂਦੀਆਂ ਨੇ ਨਾ ਕਿ ਉਹਨਾਂ ਨੂੰ ਪਹਿਲਾਂ ਇਹ ਦੱਸਿਆ ਜਾਂਦਾ ਕਿ ਤੁਸੀਂ ਇਹ ਦਵਾਈ ਇੰਨੇ ਟਾਈਮ ਜਿਹੜੀ ਉਹ ਖਾਣੀ ਹੈ ਪਹਿਲਾਂ ਉਹਨਾਂ ਨੂੰ ਖੁਰਾਕ ਜਿਹੜੇ ਉਹਨਾਂ ਦੇ ਬਦਲਾਵ ਜਿਵੇਂ ਸਾਨੂੰ ਜੀਵਨ 'ਚ ਜਿਵੇਂ ਬਦਲਾਵ ਆਇਆ ਅਤੇ ਇਹਨੂੰ ਅਸੀਂ ਬੜੇ ਅੱਛੇ ਢੰਗ ਦੇ ਨਾਲ ਕਿਉਂਕਿ ਅਸੀਂ ਸਾਰੇ ਜਿੰਨੇ ਕੁ ਵੀ ਤੁਹਾਨੂੰ ਅੱਜ ਸਾਡੇ ਇਸ ਹੋਸਪਿਟਲ ਦੇ ਵਿੱਚੋਂ ਜਿਹੜੇ ਜਿੰਨੇ ਕੁ ਵੀ ਡਿਊਟੀ ਦੇ ਵਿੱਚ ਇਨਸਾਨ ਤੁਹਾਨੂੰ ਮਿਲਣਗੇ ਉਹ ਸਾਰੇ ਫੀਲਿੰਗਸ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਅਸੀਂ ਪਹਿਲੇ ਦਿਨ ਡਾਕਟਰ ਨਹੀਂ ਸੀ ਔਰ ਨਾ ਹੀ ਅਸੀਂ ਡਾਕਟਰ ਬਣਾਂਗੇ ਅਸੀਂ ਹੈਲਥ ਕੌਂਸਲਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਡੀ ਖੁਦ ਦੇ ਘਰ 'ਚ ਸਮੱਸਿਆ ਸੀਗੀ ਔਰ ਅਸੀਂ ਖੁਦ ਡਾਕਟਰਾਂ ਕੋਲ ਜਾ ਕੇ ਆਪਣਾ ਟ੍ਰੀਟਮੈਂਟ ਨਹੀਂ ਲੈ ਸਕਦੇ ਸੀਗੇ ਤਾਂ ਸੋ ਸਾਨੂੰ ਅਗਰ ਅਸੀਂ ਅੱਜ ਠੀਕ ਹੋਏ ਹਾਂ ਤਾਂ ਕੇਵਲ ਅਤੇ ਕੇਵਲ ਅਸੀਂ ਇੱਕ ਅੱਛੀ ਐਡਵਾਈਸ ਦੇ ਨਾਲ ਠੀਕ ਹੋਏ ਹਾਂ ਅੱਛੀ ਨੌਲੇਜ ਸਾਨੂੰ ਪਾਸ ਹੋਈ ਹੈ ਤਾਂ ਠੀਕ ਹੋਏ ਹਾਂ ਸੋ ਉਹ ਫੀਲਿੰਗ ਸਾਡੇ ਅੰਦਰ ਹੈ ਅਸੀਂ ਉਸੇ ਫੀਲਿੰਗ ਦੇ ਨਾਲ ਹੀ ਪੇਸ਼ੈਂਟ ਦੇ ਨਾਲ ਡੀਲਿੰਗ ਕਰਦੇ ਹਾਂ ਪੇਸ਼ੈਂਟ ਦੇ ਨਾਲ ਗੱਲਬਾਤ ਕਰਦੇ ਹਾਂ ਵਿਚਾਰ ਕਰਦੇ ਹਾਂ ਅਸੀਂ ਪੇਸ਼ੈਂਟ ਦੇ ਨਾਲ ਹੱਸ ਕੇ ਗੱਲ ਕਰਦੇ ਹਾਂ ਔਰ ਇਹ ਚੀਜ਼ ਪੇਸ਼ੈਂਟ ਨੂੰ ਬੜੀ ਮੋਹਦੀ ਪਈ ਹੈ ਸਾਡੀ ਕਿ ਜਦੋਂ ਵੀ ਹੋਸਪਿਟਲ ਜਾਂਦੇ ਹਾਂ ਉੱਥੇ ਤਿਊੜੀਆਂ ਪਾ ਕੇ
ਵੇਖਿਆ ਜਾਂਦਾ। ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਨੂੰ ਅੱਜ ਦੇ ਹਾਲਾਤ ਦੇ ਮੁਤਾਬਕ ਆਪਾਂ ਗੱਲ ਕਰੀਏ, ਕਰੋਨਾ ਕਾਲ ਚੱਲ ਰਿਹਾ ਤਾਂ ਪੇਸ਼ੈਂਟ ਦੇ ਨਾਲ ਸਭ ਤੋਂ ਪਹਿਲਾਂ ਅੱਛੇ ਢੰਗ ਨਾਲ ਟ੍ਰੀਟ ਉੱਥੇ ਨਹੀਂ ਕੀਤਾ ਜਾ ਰਿਹਾ। ਸੋ ਇੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਪੇਸ਼ੈਂਟ ਦੇ ਨਾਲ ਅੱਛੇ ਢੰਗ ਦੇ ਨਾਲ ਜਿਹੜਾ ਉਹ ਟ੍ਰੀਟ ਕਰ ਰਿਹਾ ਤਾਂ ਉਹਨਾਂ ਨੂੰ ਬੜੀ ਅੱਛੀ ਫੀਲਿੰਗ ਆ ਰਹੀ ਹੈ। ਉਹ ਜੋ ਫੀਲਿੰਗ ਅੱਛੀ ਆਉਂਦੀ ਹੈ ਤਾਂ ਉਹ ਪੇਸ਼ੈਂਟ ਸਾਡੇ ਨਾਲ ਜਿਹੜਾ ਇਮੋਸ਼ਨਲੀ ਜਿਹੜਾ ਅਟੈਚ ਹੁੰਦਾ, ਜਦੋਂ ਇਮੋਸ਼ਨਲੀ ਅਟੈਚ ਸਾਡੇ ਨਾਲ ਹੁੰਦਾ ਤਾਂ ਉਹਨੂੰ ਰਿਜ਼ਲਟ ਸਰ 100% ਕੀ ਅਸੀਂ ਬੋਲੀਏ 200% ਰਿਜ਼ਲਟ ਆਉਣਾ ਉਹ ਸੁਭਾਵਿਕ ਹੈ ਔਰ ਉਹ ਆ ਰਿਹਾ ਸਾਨੂੰ। ਬਹੁਤ ਜੀ ਜੀ, ਤੁਹਾਨੂੰ ਰਿਜ਼ਲਟ ਆ ਰਿਹਾ ਅਤੇ ਮੈਨੂੰ ਲੱਗਦਾ ਕਿ ਜਿਹੜੀ ਸੇਵਾ ਦੇ ਵਿੱਚ ਤੁਸੀਂ ਪਏ ਹੋਏ ਹੋ ਉਸ ਸੇਵਾ ਨਾਲ ਨਾ ਸਿਰਫ ਤੁਹਾਡਾ ਪਰਿਵਾਰ ਸੰਤੁਸ਼ਟ ਹੈ, ਤੁਸੀਂ ਆਪ ਸੰਤੁਸ਼ਟ ਹੋ ਜੀ, ਬਲਕਿ ਆਰਥਿਕ ਤੌਰ ਦੇ ਉੱਤੇ ਵੀ ਤੁਹਾਨੂੰ ਉਹ ਚੀਜ਼ ਜਿਹੜੀ ਹੈ ਫਾਇਦਾ ਦੇ ਰਹੀ ਹੈ। ਬਿਲਕੁਲ ਸਰ, ਬਿਲਕੁਲ। ਮੈਂ ਗੱਲ ਕਰਾਂ, ਮੈਂ ਇੱਕ ਜਦੋਂ ਵੈਲ ਮਿਸਟਰ ਡਾਕਟਰ ਰਵਿੰਦਰ ਭੁੱਲਰ ਜੀ ਨਾਲ ਮਿਲਿਆ ਮੈਂ, ਤਾਂ ਉਸ ਸਮੇਂ ਮੈਂ ਸਟੂਡੈਂਟ ਸੀਗਾ। ਤਾਂ ਸਟੂਡੈਂਟ ਤੋਂ ਬਾਅਦ ਇੱਕ ਸਟੂਡੈਂਟ ਨੂੰ ਹੁੰਦਾ ਕਿ ਮੈਂ ਆਪਣੀ ਐਜੂਕੇਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਜੋਬ 'ਤੇ ਜਾਣਾ, ਕਿਤੇ ਨਾ ਕਿਤੇ ਕੁਛ ਨਾ ਕੁਛ ਮੈਂ ਆਪਣੀ ਲਾਈਫ ਜੋ ਵੀ ਉਹਦਾ ਗੋਲ ਹੁੰਦਾ ਉਹਨੂੰ ਅਚੀਵ ਮਿੱਥਿਆ ਹੁੰਦਾ, ਉਹ ਕੋਸ਼ਿਸ਼ ਕਰਦਾ। ਬਟ ਜਦੋਂ ਮੈਂ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰ ਰਿਹਾ ਸੀਗਾ ਤਾਂ ਜਿੰਨੇ ਵੀ ਮੇਰੀ ਏਜ ਦੇ ਯੰਗ ਲੋਕ ਨੇ ਸਾਰਿਆਂ ਨੂੰ ਇਹ ਹੁੰਦਾ, ਜਿਵੇਂ ਮੈਂ ਲੜਕਿਆਂ ਦੀ ਗੱਲ ਕਰਾਂ ਜਾਂ ਲੜਕੀਆਂ ਦੀ ਵੀ ਗੱਲ ਕਰੀਏ, ਤਾਂ ਇਹ ਹੁੰਦਾ ਕਿ ਅਸੀਂ ਭਰਤੀ ਹੋਣਾ, ਫੌਜ 'ਚ ਜਾਣਾ ਜਾਂ ਪੁਲਿਸ 'ਚ ਭਰਤੀ ਹੋਣਾ। ਤਾਂ ਇਹ ਫਾਦਰ ਸਾਹਿਬ ਦੀ ਮੈਂ ਗੱਲ ਕਰਾਂ, ਆਪਾਂ ਰਿਜ਼ਲਟ ਦੀ ਗੱਲ ਕੀਤੀ ਹੈ ਫਾਦਰ ਸਾਹਿਬ ਦੇ, ਤਾਂ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ 'ਚ ਨੇ, ਤਾਂ ਮੇਰਾ ਵੀ ਡ੍ਰੀਮ ਸੀਗਾ ਕਿ ਫਾਦਰ ਸਾਹਿਬ ਪੰਜਾਬ ਪੁਲਿਸ 'ਚ ਨੇ, ਤਾਂ ਮੈਂ ਵੀ ਪੰਜਾਬ ਪੁਲਿਸ 'ਚ ਜਾਊਂਗਾ। ਮੈਂ ਉਸ ਹਿਸਾਬ ਨਾਲ ਆਪਣੀ ਐਜੂਕੇਸ਼ਨ ਜਿਹੜੀ ਕੰਪਲੀਟ ਕਰ ਰਿਹਾ ਸੀਗਾ। ਬਟ ਜਦੋਂ ਉਹ ਰਿਜ਼ਲਟ ਮਿਲਿਆ, ਜਦੋਂ ਅਸੀਂ ਵੈਲਨੈਸ ਕਲਾਸਾਂ ਨੂੰ ਅਟੈਂਡ ਕੀਤਾ, ਤਾਂ ਮੇਰਾ ਸਾਰਾ ਮੈਥਡ ਹੀ ਚੇਂਜ ਹੋ ਗਿਆ ਕਿ ਜੇ ਮੇਰੇ ਘਰ 'ਚ ਇਹ ਸਮੱਸਿਆ ਦਾ ਹੱਲ ਸਾਨੂੰ ਮਿਲ ਗਿਆ, ਮੈਨੂੰ ਰਿਜ਼ਲਟ ਮਿਲ ਗਿਆ, ਤਾਂ ਮੇਰੇ ਘਰ ਦੇ ਵਾਂਗ ਪੂਰੀ ਦੀ ਪੂਰੀ ਦੁਨੀਆ ਜਿਹੜੀ ਹੈ ਉਹ ਬਿਮਾਰ ਪਈ ਹੈ। ਅਤੇ ਇੱਥੇ ਵੱਡੀ ਚੀਜ਼ ਹੈ ਕਿ ਸਾਨੂੰ ਇਹ ਸੇਵਾ ਦਾ ਮੌਕਾ ਮਿਲ ਗਿਆ, ਸਾਨੂੰ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ ਅਸੀਂ ਸਾਹਮਣੇ ਆਏ ਹਾਂ। ਔਰ ਅਸੀਂ ਵੈਲਨੈਸ ਕਲਾਸਾਂ ਨੂੰ ਅਟੈਂਡ ਕਰਕੇ, ਬੇਸਿਕ ਕੋਰਸ ਨੂੰ ਅਟੈਂਡ ਕਰਕੇ, ਉਸ ਤੋਂ ਅੱਗੇ ਅਸੀਂ ਐਡਵਾਂਸ ਦੇ ਵਿੱਚ ਜਾ ਰਹੇ ਹਾਂ, ਉਸ ਤੋਂ ਅੱਗੇ ਅਸੀਂ ਟੈਕਨੀਕਲ ਦੇ ਵਿੱਚ ਜਾ ਰਹੇ ਹਾਂ। ਹੁਣ ਅਸੀਂ ਆਪਣੇ ਜੀਵਨ ਨੂੰ ਇੱਕ ਜੀਵਨ ਦਾ ਇੱਕ ਮਿਸ਼ਨ ਬਣਾ ਲਿਆ, ਇਹ ਸਾਡਾ, ਅਸੀਂ ਇਹਨੂੰ ਕੰਮ ਨਹੀਂ ਮੰਨ ਰਹੇ, ਇਹਨੂੰ ਅਸੀਂ ਇਬਾਦਤ ਮੰਨ ਰਹੇ ਹਾਂ, ਇਹਨੂੰ ਅਸੀਂ ਮਿਸ਼ਨ ਮੰਨ ਰਹੇ ਹਾਂ, ਕਿਉਂਕਿ ਪਰਮੇਸ਼ਰ ਨੇ ਇੱਕ ਬਹੁਤ ਵੱਡੀ ਸੇਵਾ ਲਗਾਤੀ ਹੈ। ਕਿਉਂਕਿ ਕਿਸੇ ਦੇ ਸਰੀਰ ਦੇ ਵਿੱਚੋਂ ਰੋਗ ਕੱਢਣਾ ਜਾਂ ਕਿਸੇ ਨੂੰ ਤੰਦਰੁਸਤ ਕਰਨਾ ਜਾਂ ਕਿਸੇ ਨੂੰ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣਾ, ਇਹ ਕਿਸੇ ਵੀ ਇਨਸਾਨ ਦੇ ਹੱਥ 'ਚ ਨਹੀਂ ਹੈ, ਇਹ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ। ਸੋ ਜੇ ਸਾਨੂੰ ਉਸ ਪਰਮੇਸ਼ਰ ਨੇ ਇੱਕ ਸੇਵਾਦਾਰ ਦੇ ਰੂਪ ਦੇ ਵਿੱਚ ਚੁਣਿਆ, ਤਾਂ ਇਹ ਕਿਤੇ ਨਾ ਕਿਤੇ ਉਸ ਪਰਮੇਸ਼ਰ ਦੀ ਰਜ਼ਾ ਸੀਗੀ। ਸਾਨੂੰ ਜੇ ਮੈਂ ਗੱਲ ਕਰ ਰਿਹਾ ਕਿ ਮੈਂ ਭਰਤੀ ਹੋਣ ਦੀ ਗੱਲ ਕਰ ਰਿਹਾ, ਮੈਂ ਪੰਜਾਬ ਪੁਲਿਸ ਜਾਣ ਦੀ ਗੱਲ ਕਰ ਰਿਹਾ ਸੀਗਾ, ਤਾਂ ਜੇ ਮੈਂ ਪੰਜਾਬ ਪੁਲਿਸ ਜਾਂਦਾ, ਚਲੋ ਉੱਥੇ ਵੀ ਮੈਂ ਆਪਣੀ ਡਿਊਟੀ ਕਰਨੀ ਸੀ, ਪੈਸਾ ਉੱਥੋਂ ਵੀ ਕਮਾਉਣਾ ਸੀਗਾ, ਕਿਉਂਕਿ ਹਰ ਇੱਕ ਬੰਦੇ ਨੂੰ ਆਪਣੇ ਜੀਵਨ ਨੂੰ ਸਰਵਾਈਵ ਕਰਨ ਵਾਸਤੇ ਪੈਸੇ ਦੀ ਜ਼ਰੂਰਤ, ਅਸੀਂ ਉੱਥੇ ਵੀ ਕਮਾਉਣਾ ਸੀਗਾ। ਬਟ ਜਿਹੜਾ ਆਨੰਦ ਇਸ ਸੇਵਾ ਦੇ ਵਿੱਚ ਆ ਰਿਹਾ ਸਰ, ਉਹ ਆਨੰਦ ਮੈਨੂੰ ਹੋਰ ਕਿਸੇ ਵੀ ਜੋਬ ਦੇ ਵਿੱਚ ਨਹੀਂ ਸੀ ਆਉਣਾ। ਇੱਥੇ ਸਭ ਤੋਂ ਪਹਿਲਾਂ ਮੈਂ ਸੈਟਿਸਫਾਈ ਹਾਂ ਕਿ ਪਰਮੇਸ਼ਰ ਨੇ ਮੈਨੂੰ ਇੱਕ ਬੜੀ ਅੱਛੀ ਸੇਵਾ ਦੇ ਲਈ ਚੁਣਿਆ। ਔਰ ਕਿਉਂਕਿ ਅਸੀਂ ਅਕਸਰ, ਸਾਨੂੰ ਜਿਹੜੀ MD ਸਾਡੇ ਡਾਕਟਰ ਰਵਿੰਦਰ ਸਿੰਘ ਭੁੱਲਰ ਵੀ ਦੱਸਿਆ ਜਾਂਦਾ ਕਿ ਅਸੀਂ ਰੱਬ ਤਾਂ ਨਹੀਂ ਬਣ ਸਕਦੇ, ਬਟ ਅਸੀਂ ਰੱਬ ਦੇ ਹੈਲਪਰ ਜ਼ਰੂਰ ਬਣ ਸਕਦੇ। ਅਸੀਂ ਸੇਵਾਦਾਰ ਦੇ ਰੂਪ ਦੇ ਵਿੱਚ ਅੱਜ ਅਸੀਂ ਹਰ ਇੱਕ ਪਰਸਨ ਨੂੰ ਸੇਵਾ ਜਿਹੜੀ ਉਹ ਆਪਣੀ ਬੜੀ ਅੱਛੀ, ਬੜੀ ਇਮਾਨਦਾਰੀ ਦੇ ਨਾਲ ਅਸੀਂ ਬੋਲ ਰਹੇ ਹਾਂ। ਕਿਉਂਕਿ ਅਸੀਂ, ਮੈਂ ਪਹਿਲਾਂ ਬੋਲ ਰਿਹਾ ਕਿ ਅਸੀਂ ਪੇਸ਼ੈਂਟ ਸੀਗੇ, ਅਸੀਂ ਬੇਸਿਕਲੀ ਡਾਕਟਰ ਨਹੀਂ ਸੀਗੇ, ਨਾ ਸਾਡੀ ਕੋਈ ਫੈਮਿਲੀ 'ਚ ਡਾਕਟਰ ਹੈ, ਅਸੀਂ ਪੇਸ਼ੈਂਟ ਸੀਗੇ। ਔਰ ਪੇਸ਼ੈਂਟ ਦੀ ਫੀਲਿੰਗਸ ਸਾਡੇ ਤੋਂ ਜ਼ਿਆਦਾ ਹੋਰ ਦੂਸਰਾ ਕੋਈ ਨਹੀਂ ਸਮਝ ਸਕਦਾ ਕਿ ਪੇਸ਼ੈਂਟ ਜਦੋਂ ਪੇਸ਼ੈਂਟ ਰੂਪ 'ਚ ਹੁੰਦਾ, ਉਹਦੇ ਨਾਲ ਉਹਦਾ ਪੈਸਾ ਕਿੰਨਾ ਕੁ ਹੋਸਪਿਟਲ 'ਚ ਜਾ ਚੁੱਕਿਆ ਹੁੰਦਾ, ਡਾਕਟਰ ਨੂੰ ਮਿਲਣ ਦੀ ਫੀਸ ਕਿੰਨੀ ਦੇ ਚੁੱਕਿਆ ਹੁੰਦਾ, ਕਿਉਂਕਿ ਅਸੀਂ ਖੁਦ ਦਿੱਤੀ ਹੈ, ਸਾਨੂੰ ਪਤਾ ਹੁੰਦਾ। ਹੁਣ ਇਸੇ ਤਰ੍ਹਾਂ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ, ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਮੰਗਲਵਾਰ ਔਰ ਸ਼ੁੱਕਰਵਾਰ ਦੀ ਜਿਹੜੀ OPD ਡਾਕਟਰ ਰਵਿੰਦਰ ਸਿੰਘ ਭੁੱਲਰ ਵੱਲੋਂ ਰੱਖੀ ਗਈ ਆ, ਔਰ ਇਸੇ ਹੀ ਸੇਵਾ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਕਿ ਹਰ ਇੱਕ ਇਨਸਾਨ ਨੂੰ ਇਸ ਜਿਹੜੀ ਸੇਵਾ ਸਾਡੇ ਸੰਸਥਾ ਵੱਲੋਂ ਚਲਾਈ ਗਈ ਹੈ, ਡਾਕਟਰ ਰਵਿੰਦਰ ਸਿੰਘ ਵੱਲੋਂ ਭੁੱਲਰ ਵੱਲੋਂ ਚਲਾਈ ਗਈ ਹੈ, ਉਹ ਸੇਵਾ ਜਿਹੜੀ ਹੈ ਉਹ ਸਾਰਿਆਂ ਤੱਕ ਪਹੁੰਚ ਸਕੇ। ਉਹਦੇ ਵਾਸਤੇ ਫ੍ਰੀ ਆਫ ਕੋਸਟ ਜਿਹੜੀ ਹੈ ਉਹ ਮੰਗਲਵਾਰ ਔਰ ਸ਼ੁੱਕਰਵਾਰ ਦੀ ਜਿਹੜੀ OPD ਇੱਥੇ ਰੱਖੀ ਗਈ ਹੈ, ਉਹ ਸਿਰਫ ਅਤੇ ਸਿਰਫ ਤਾਂ ਕਰ ਪਾਏ ਹਾਂ ਕਿਉਂਕਿ ਦੁਨੀਆ ਆਲਰੇਡੀ ਡਾਕਟਰਾਂ ਨੂੰ ਫੀਸਾਂ ਭਰ ਭਰ ਕੇ ਅੱਕ ਚੁੱਕੀ ਸੀ, ਥੱਕ ਚੁੱਕੀ ਸੀ। ਅਸੀਂ ਸੇਵਾ ਦੀ ਭਾਵਨਾ ਵਿੱਚ ਆਏ ਸੀਗੇ, ਅੱਗੇ ਆਏ ਹਾਂ, ਤਾਂ ਅਸੀਂ ਸੇਵਾ ਹੀ ਸਮਾਜ ਦੀ ਕਰਨ ਲਈ ਆਏ ਹਾਂ, ਤਾਂ ਸੇਵਾ ਹੀ ਕਰਾਂਗੇ। ਤਾਂ ਉਹਦੇ ਵਾਸਤੇ ਇੱਕ ਬੜਾ ਅੱਛਾ ਪਲੇਟਫਾਰਮ ਹੈ, ਜਿੰਨੇ ਵੀ ਸਾਡੇ ਦਰਸ਼ਕ ਵੇਖ ਰਹੇ ਨੇ, ਕਿ ਮੰਗਲਵਾਰ ਔਰ ਸ਼ੁੱਕਰਵਾਰ ਜਿਹੜੀ OPD ਉਹ ਬਿਲਕੁਲ ਫ੍ਰੀ ਆਫ ਕੋਸਟ ਜਿਹੜੀ ਉਹ ਦਿੱਤੀ ਜਾ ਰਹੀ ਹੈ ਡਾਕਟਰ ਸਾਹਿਬ ਵੱਲੋਂ। ਤਾਂ ਸਾਰਿਆਂ ਨੂੰ ਜਿਹੜੇ ਕਿ ਜਿੰਨੀਆਂ ਸਮੱਸਿਆਵਾਂ ਸਾਡੇ ਘਰਾਂ 'ਚ ਚੱਲ ਰਹੀਆਂ ਨੇ, ਉਹਨਾਂ ਨੂੰ ਲੈ ਕੇ ਜੂਝ ਰਹੇ ਨੇ, ਸਮੱਸਿਆਵਾਂ ਚੱਲ ਰਹੀਆਂ ਨੇ, ਤਾਂ ਉਹਦੇ ਵਾਸਤੇ ਉਹ ਬੈਨੀਫਿਟ ਆਪਣਾ ਉਹ ਡਾਕਟਰ ਸਾਹਿਬ ਕੋਲ ਆਣ ਕੇ ਆਪਣਾ ਲੈ ਸਕਦੇ ਨੇ। ਫਾਈਨੈਂਸ਼ਲੀ ਜਿਹੜੇ ਤੁਸੀਂ ਗੱਲ ਕਰ ਰਹੇ ਸੀਗੇ, ਉਹ ਅਸੀਂ ਸੈਟਿਸਫਾਈ ਹਾਂ, ਪਹਿਲੇ ਨੰਬਰ 'ਤੇ ਸੇਵਾ ਕਰ ਰਹੇ ਹਾਂ, ਔਰ ਬਹੁਤ ਅੱਛੀ ਜਿਹੜਾ ਉਹ ਆਪਣੇ ਜੀਵਨ ਨੂੰ ਚਲਾਉਣ ਦੇ ਵਿੱਚ ਅਸੀਂ ਲੱਗੇ ਹੋਏ ਹਾਂ। ਜੀ ਜੀ ਜੀ, ਗੁਰਿੰਦਰ ਜੀ, ਤੁਸੀਂ ਬੜੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਸਾਨੂੰ ਕਿ ਕਿਸ
ਸਿਸਟਰ ਤੁਹਾਡੇ ਬਿਮਾਰ ਸੀਗੇ ਉਹਨਾਂ ਨੂੰ ਤੁਸੀਂ ਠੀਕ ਕੀਤਾ, ਪਿਤਾ ਜੀ ਤੁਹਾਡੇ ਬਿਮਾਰ ਸੀ ਉਹਨਾਂ ਨੂੰ ਠੀਕ ਕੀਤਾ, ਤੁਹਾਡੇ ਮਾਤਾ ਜੀ ਬਿਮਾਰ ਸੀ ਉਹਨਾਂ ਨੂੰ ਠੀਕ ਕੀਤਾ, ਅਤੇ ਇੱਥੋਂ ਤੱਕ ਕਿ ਤੁਸੀਂ ਹੁਣ ਵੈਲਨੈਸ ਕਲਾਸਾਂ ਲਗਾ ਕੇ ਹੁਣ ਤੁਸੀਂ ਜਿਹੜਾ ਉਹ ਲੋਕ ਸੇਵਾ 'ਚ ਲੱਗੇ ਪਏ ਹੋ ਅਤੇ ਲੋਕ ਸੇਵਾ ਦੇ ਵਿੱਚੋਂ ਤੁਹਾਨੂੰ ਜਿਹੜਾ ਆਤਮਿਕ ਸੰਤੁਸ਼ਟੀ ਮਿਲ ਰਹੀ ਹੈ। ਸੋ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਅਤੇ ਇੰਨੀ ਵਡਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਔਰ ਤੁਹਾਡੀ ਸਾਰੀ ਟੀਮ ਦਾ ਕਿ ਤੁਸੀਂ ਇੱਕ ਇੱਕ ਪੇਸ਼ੈਂਟ ਨੂੰ ਆਪਣਾ ਜਿਹੜਾ ਸਮੱਸਿਆਵਾਂ ਜਿਹੜੀਆਂ ਚੱਲ ਰਹੀਆਂ ਸੀ ਉਸ ਸਲਿਊਸ਼ਨ ਤੋਂ ਬਾਅਦ ਤੁਸੀਂ ਸੰਗਤ ਦੇ ਨਾਲ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨਾਲ ਸ਼ੇਅਰ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਗੁਰਿੰਦਰ ਸਿੰਘ ਜਿਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਦੇ ਨਾਲ ਸਾਨੂੰ ਰੂਬਰੂ ਕਰਵਾਇਆ, ਸਾਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਪਰਿਵਾਰ ਦੇ ਵਿੱਚ ਸਮੱਸਿਆਵਾਂ ਪੈਦਾ ਹੋਈਆਂ ਸੀਗੀਆਂ, ਕਿਹੜੀਆਂ ਉਹ ਚੀਜ਼ਾਂ ਸੀਗੀਆਂ ਜੀ ਜਿਹੜੀਆਂ ਪਰਿਵਾਰ ਦੇ ਅੰਦਰ ਖਰਾਬੀਆਂ ਦਾ ਕਾਰਨ ਬਣ ਰਹੀਆਂ ਸੀਗੀਆਂ, ਅਤੇ ਜਦੋਂ ਉਹ ਚੀਜ਼ਾਂ ਅੰਦਰੋਂ ਘਰ ਦੇ ਵਿੱਚੋਂ ਉਹ ਚੀਜ਼ਾਂ ਹਟਾ ਦਿੱਤੀਆਂ ਗਈਆਂ ਤਾਂ ਸਰੀਰ ਜਿਹੜੇ ਸੀ ਉਹ ਤੰਦਰੁਸਤ, ਉਹ ਸਰੀਰ ਤੰਦਰੁਸਤ ਹੋਣ ਲੱਗ ਗਏ ਜਿਹੜੇ ਸਰੀਰਾਂ ਨੂੰ ਇਹ ਕਹਿ ਦਿੱਤਾ ਗਿਆ ਸੀ ਡਾਕਟਰਾਂ ਵੱਲੋਂ ਕਿ ਇਹ ਹੁਣ ਸਾਰੀ ਉਮਰ ਬਿਮਾਰ ਰਹਿਣਗੇ ਅਤੇ ਇਹਨਾਂ ਨੂੰ ਦਵਾਈ ਖਾਣੀ ਹੀ ਪੈਣੀ ਹੈ, ਅਤੇ ਕਿਸ ਤਰੀਕੇ ਦੇ ਨਾਲ ਜਦੋਂ ਉਹ ਤੰਦਰੁਸਤੀ ਲੈਵਲ ਆਪਣਾ ਹਾਸਲ ਕਰਦੇ ਚਲੇ ਗਏ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਚੀਜ਼ਾਂ ਘਰ ਦੇ ਵਿੱਚ ਜਿਹੜੀਆਂ ਨੈਗੇਟਿਵ ਚੀਜ਼ਾਂ ਸੀ ਉਹਨਾਂ ਨੂੰ ਹਟਾਇਆ ਅਤੇ ਉਹਦੇ ਨਤੀਜੇ ਜਿਹੜੇ ਨੇ ਉਹ ਹੋਰ ਵਧੀਆ ਮਿਲਣੇ ਸ਼ੁਰੂ ਹੋ ਗਏ, ਅਤੇ ਅੱਜ ਹਾਲਾਤ ਇਹ ਨੇ ਕਿ ਆਪ ਆਪਣਾ ਪੂਰਾ ਪਰਿਵਾਰ ਤੰਦਰੁਸਤ ਕਰਨ ਤੋਂ ਬਾਅਦ ਅੱਜ ਇਹ ਲੋਕ ਸੇਵਾ 'ਚ ਲੱਗੇ ਨੇ, ਵੈਲਨੈਸ ਕਲਾਸਾਂ ਸਾਇੰਸ ਕਲਾਸਾਂ ਲਗਾਉਣ ਤੋਂ ਬਾਅਦ ਅੱਜ ਲੋਕ ਸੇਵਾ 'ਚ ਲੱਗੇ ਨੇ, ਅਤੇ ਨਾ ਸਿਰਫ ਉਹ ਲੋਕਾਂ ਨੂੰ ਸੰਤੁਸ਼ਟ ਕਰ ਰਹੇ ਨੇ, ਉਹਨਾਂ ਨੂੰ ਠੀਕ ਕਰ ਰਹੇ ਨੇ, ਉਹਨਾਂ ਦਾ ਇਲਾਜ ਕਰ ਰਹੇ ਨੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੀ ਪੈਥੀ ਦੇ ਅਨੁਸਾਰ ਚਲਾ ਕੇ, ਬਲਕਿ ਇਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਵੀ ਉਸ ਚੀਜ਼ ਦਾ ਬਹੁਤ ਫਾਇਦਾ ਹੋ ਰਿਹਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਵੀਡੀਓ ਨੂੰ ਘਰ ਘਰ ਤੱਕ ਪਹੁੰਚਾਈਏ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਤੱਕ ਪਹੁੰਚੇ। ਅਤੇ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।